ਹੁਣ ਇੱਥੇ ਬੈਠ ਗਈ ਸਰਾਣੇ, ਮੈਂ ਤੈਨੂੰ ਤਿਆਰ ਹੋਣ ਨੂੰ ਕਹੀ ਜਾਂਦਾ, ਚੱਲਦੇ ਹਾਂ ਡਿਊਟੀ ਬਾਗ ਚੱਲਦੇ ਹਾਂ। ਨਹੀਂ ਜੀ, ਮੈਂ ਨਹੀਂ ਜਾਣਾ, ਅੱਜ ਮੇਰਾ ਮਨ ਨਹੀਂ ਕਰਦਾ। ਮੈਂ ਵੀ ਤੇਰੇ ਨਾਲ ਉਸੇ ਦੀ ਗੱਲ ਕਰਨੀ ਸੀ। ਮੇਰੀ ਗੱਲ ਸੁਣ ਲੈ ਭਾਈ, ਆਪਦਾ ਉਹਨੂੰ ਜਾ ਕੇ ਲਿਆ, ਨਹੀਂ ਮੈਂ ਇੱਥੋਂ ਨਹੀਂ ਕੰਮ ਧੰਦੇ ਹੁੰਦੇ ਆਪਦਾ, ਫਿਰ ਤੂੰ ਵੀ ਉੱਥੇ ਹੀ ਬਹਿ ਜਾ ਜਾ ਕੇ। ਉਹ ਮਾਂ ਯਾਰ, ਮੈਂ ਕੀ ਬਹਿ ਜਾ ਉੱਥੇ ਜਾ ਕੇ, ਫਿਰ ਮੈਂ ਮਰ ਜਾ ਬਚਾ ਵਿੱਚ ਵਿਚਾਲੇ। ਮੈਨੂੰ ਐਂ ਦੱਸੀ, ਇੱਧਰੋਂ ਤੂੰ ਕਹਿ ਦਿੰਦੀ, ਇੱਧਰੋਂ ਉਹ ਕਹਿ ਦਿੰਦੀ ਹੈ। ਸਤਿ ਸ਼੍ਰੀ ਅਕਾਲ ਮਾਮੀ ਜੀ। ਸਤਿ ਸ਼੍ਰੀ ਅਕਾਲ। ਨਹੀਂ ਕੁੜੀਏ, ਤੂੰ ਡਿੱਗ ਜਾ ਕਰ, ਤੇਰੀਆਂ ਉਹੀ ਆਦਤਾਂ। ਓ ਮਾਮੀ, ਤੇਰੀ ਵੀ ਉਹੀ ਆਦਤ ਹੈ, ਮਾੜੀ ਜਿਹੀ ਗੱਲ 'ਤੇ ਟੱਪੂ ਟੱਪੂ ਕਰਨ ਲੱਗ ਜਾਂਦੀ ਹੈ। ਸਾਰੀ ਦੁਨੀਆ ਬਦਲ ਗਈ, ਉਹ ਦੁਨੀਆ ਪਲਟ ਗਈ, ਲੋਕਾਂ ਨੇ ਪਤਾ ਨਹੀਂ ਕੀ ਕੁਛ ਬਣਾ ਲਿਆ ਇਸ ਦੁਨੀਆ ਦੇ ਵਿੱਚ, ਪਰ ਤੁਸੀਂ ਆਪਦੀ ਸੋਚ ਨਹੀਂ ਬਦਲੀ। ਇੱਕ ਤੂੰ ਅਤੇ ਇੱਕ ਮੇਰੀ ਮਾਂ ਨੇ। ਤੁਸੀਂ ਮਾਮੀ ਨਾਲ ਕਿਵੇਂ ਕੱਟੀ ਜਾਂਦੇ ਹੋ, ਤੁਹਾਡੀ ਕਿੰਨੀਆਂ ਬੁਰਾਈਆਂ ਕਰੀ ਜਾਂਦੀ ਹੈ ਉਹ। ਫਿਰ ਕੀ ਹੁੰਦਾ, ਇੰਨੀ ਵੀ ਮਾੜੀ ਨਹੀਂ ਹੈਗੀ ਬੇਬੇ ਜਿੰਨੀ ਲੱਗਦੀ ਆ। ਉਹ ਮੈਂ ਕਾਹਨੂੰ ਤੰਗ ਕਰਦਾ, ਆ ਤੇਰੀ ਮਾਮੀ ਨਹੀਂ ਹਟਦੀ ਹੈਗੀ ਕੁਝ ਤਾਂ ਕਰਨ ਨੂੰ, ਰਹਿੰਦੀ ਖੁੰਦੀ ਕਸਰ ਭੂਆ ਕੱਢ ਗਈ ਆ ਕੇ। ਮੇਰੀ ਮਾਮੀ ਨੇ ਅਤੇ ਮੇਰੀ ਮਾਂ ਨੇ ਰਲ ਮਿਲ ਕੇ ਮੇਰਾ ਘਰ ਉਜਾੜਤਾ, ਤੀਜੇ ਦਿਨ ਮੇਰੇ ਸਹੁਰਿਆਂ 'ਚ, ਤੀਜੇ ਦਿਨ ਮੇਰੇ। ਹਾਂਜੀ, ਤਾਂ ਕਿਵੇਂ ਆ ਵੀਰੇ, ਜਿਹੜੀ ਮੈਂ ਤੇਰੇ ਨਾਲ ਰਾਤ ਗੱਲ ਕਰੀ ਸੀ ਕਰ ਲਈ? ਉਹ ਤੇਰੇ ਕੋਲ ਆਉਣ ਨੂੰ ਤਾਂ ਮੈਂ ਤਿਆਰ ਹੋ ਰਿਹਾ, ਤੇਰੇ ਕੋਲ ਹੀ ਆਉਣਾ, ਪਰ ਗੱਲ ਤੈਨੂੰ ਮੈਂ ਐਂ ਪੁੱਛਦਾ ਵੀ ਜਿਹੜੀ ਗੱਲ ਯਾਰ ਤੂੰ ਕਰਨੀ ਨਹੀਂ ਸੀ। ਤੈਨੂੰ ਪਤਾ ਦੇਖੀ ਟਾਈਮ ਤਾਂ ਪਹਿਲਾਂ ਹੀ ਨਹੀਂ, ਉੱਧਰ ਜਾਇਜ ਦੇ ਫੋਨ ਆਈ ਜਾਂਦੇ ਨੇ ਤੇਰੀ ਭਾਬੀ ਦੇ। ਬਸ ਘਰੋਂ ਮੈਂ ਤੁਰ ਪਿਆ, ਤੇਰੇ ਕੋਲ ਅੱਧੇ ਘੰਟੇ 'ਚ ਪਹੁੰਚ ਜਾਣਾ, ਮੇਰੇ ਆਉਂਦੇ ਤੱਕ ਤੂੰ ਗੱਲ ਕਰ ਲਈ। ਅੱਛਾ, ਹਾਂ ਕੋਈ ਨਹੀਂ, ਆ ਜਾਓ ਤੁਸੀਂ, ਮੈਂ ਵੀ ਡਿਊਟੀ ਤੋਂ ਬਸ ਨਿਕਲ ਕੇ ਤੁਹਾਨੂੰ ਮਿਲ ਲੂੰਗੀ। ਅੱਛਾ ਤੂੰ ਡਿਊਟੀ ਜਾਣਾ, ਫਿਰ ਮੈਂ ਤਾਂ ਤਿਆਰ ਹੋਇਆ ਖੜਿਆ ਸੀ। ਅੱਛਾ ਚੱਲ ਠੀਕ ਹੈ, ਤੂੰ ਡਿਊਟੀ ਤੋਂ ਥੋੜ੍ਹਾ ਟਾਈਮ ਪਹਿਲਾਂ ਆ ਜਾਈਂ, ਨਾਲੇ ਮੇਰੇ ਆਉਂਦੇ ਤੱਕ ਗੱਲ ਕਰ ਲਈ, ਮੈਂ 4 ਮਿੰਟ ਲੇਟ ਆ ਜਾਊਂਗਾ, ਕੋਈ ਚੱਕਰ ਨਹੀਂ, ਰਾਹ 'ਚ ਖੜਨਾ ਮੈਂ ਥੋੜ੍ਹਾ ਜਿਹਾ ਲਵਲੀ ਕੋਲ। ਹਾਂਜੀ ਠੀਕ ਹੈ ਵੀਰੇ। ਕਿਹਦਾ ਫੋਨ ਸੀਗਾ? ਵੀਰੇ ਦਾ। ਉਹਦਾ ਇੰਨੀ ਸੰਦੇਹਾਂ, ਕੀ ਗੱਲ ਹੋ ਗਈ? ਖੈਰ ਵੀ ਹੈ, ਉਹ ਮੇਰੇ ਕੋਲ ਆਉਣੇ ਨੂੰ ਕਹਿੰਦੇ ਸੀ। ਅੱਛਾ ਹਾਂਜੀ, ਫਿਰ ਕੀ ਹੋ ਗਿਆ? ਮਤਲਬ ਉਹ ਕਹਿੰਦੀ ਵੈਸੇ ਮੈਂ ਨਾ ਨਾ। ਅੱਛਾ ਹਾਂਜੀ, ਚਲ ਕੋਈ ਨਹੀਂ, ਫਿਰ ਆ ਜੂਗਾ ਇਹ 'ਚ, ਫਿਰ ਐਂ ਘਬਰਾਉਣ ਵਾਲੀ ਕੀ ਗੱਲ, ਤੂੰ ਐਂ ਘਬਰਾਈ ਬੈਠੀ ਆ ਜਿਵੇਂ ਕੋਈ। ਵੈਸੇ ਕੀ ਗੱਲ ਹੋ ਗਈ? ਕੋਈ ਗੱਲ ਨਹੀਂ ਹੋਈ। ਖੈਰ ਹੈ। ਹਾਂਜੀ ਹਾਂ, ਚੱਲ ਠੀਕ ਹੈ, ਐਂ ਕਰੀ ਮੇਰੀ ਸੁਣ ਗੱਲ, ਅੱਜ ਆਪਾਂ ਨਾ ਉੱਥੇ ਲਹਿਰੇ ਜਲ ਕੇ ਆਉਣਾ, ਇੱਕ ਸਰਪ੍ਰਾਈਜ਼ ਅੱਜ। ਉਹੀ ਵਾਲਾ ਜਿਹੜਾ ਤੁਸੀਂ ਉਸ ਦਿਨ ਕਹਿ ਰਹੇ ਸੀਗੇ? ਓਏ ਆਹੋ, ਇੰਨੀ ਖੁਸ਼ ਜੀ ਨਾ ਹੋ, ਆ ਬੇਬੇ ਨੂੰ ਪਤਾ ਲੱਗ ਗਿਆ ਨਾ ਸਾਰੇ ਸਰਪ੍ਰਾਈਜ਼ ਦੀ ਪੱਟੀ ਮਿਸ ਕਰ ਦੂਗੀ। ਹਾਂ ਤੂੰ ਹੁਣ ਇਹਨੂੰ ਇਸ਼ੂ ਕਦੋਂ ਆਊਗਾ? ਮੈਨੂੰ ਕਹਿ ਰਿਹਾ ਵੀਰਾ ਕਿ ਮੈਂ ਚੱਲਣ ਲੱਗਿਆ ਤੇ, ਪਰ ਕਹਿੰਦੇ ਮੈਂ ਕਿਤੇ ਜਾਣਾ ਹੋਰ ਵੀ ਆ, ਤੇ ਜਦੋਂ ਤੂੰ ਘਰੇ ਪਹੁੰਚ ਗਈ ਮੈਨੂੰ ਫੋਨ ਕਰ ਦੀ ਨਿਕਲਣ ਤੋਂ ਪਹਿਲਾਂ। ਚਲ ਉਹਨੂੰ ਕਹਿ ਦੇ ਵੀ ਇਸ ਦਿਨ ਡਿਊਟੀ ਤੋਂ ਬਾਅਦ ਮਿਲਾਂਗੇ, ਇਹਨੇ ਚੱਲ ਘਰੇ ਆ ਜਾਊਗਾ। ਹਾਂ ਚੱਲ ਤੂੰ ਤਿਆਰ ਹੋ, ਫਿਰ ਚੱਲ ਕਰੇ ਚੱਲੀਏ। ਹੁਣ ਤਾਂ ਪੁੱਤ ਤੂੰ ਆਈ ਹੈ, ਹੁਣ ਤੂੰ ਜਾਣ ਦੀ ਵੀ ਕਾਹਲੀ ਚੱਕਦੀ, ਚਾਹ ਪੀਣ ਸਾਰ। ਮਾਸੀ ਹਜੇ ਤਾਂ ਚਾਹ ਪੀਣੀ ਹੈ, ਉਹਨਾਂ ਕੁ ਟਾਈਮ ਤਾਂ ਮੈਂ ਬੈਠੀ ਹਾਂ। ਮਾਸੀ ਪਤਾ ਕੀ ਗੱਲ ਹੈ, ਨੌਕਰੀ ਵਾਲੇ ਬੰਦੇ ਦਾ ਆਹੀ ਰੌਲਾ ਹੁੰਦਾ ਗਾ, ਆਹ ਜ਼ਿਆਦਾ ਟਾਈਮ ਨਹੀਂ ਹੁੰਦਾ ਕਿਤੇ ਰਿਸ਼ਤੇਦਾਰੀਆਂ 'ਚ ਜਾਣਦਾ। ਮੈਂ ਤਾਂ ਤੈਨੂੰ ਇਹ ਕਹਿਣ ਆਈ ਹਾਂ ਮਾਸੀ,
ਦੇਖ ਮੇਰੀ ਮਾਂ ਨੇ ਮੇਰਾ ਘਰ ਤਾਂ ਦਿੱਤਾ ਉਜਾੜ, ਮੈਨੂੰ ਤਾਂ ਜਮਾਂ ਇਹਨੇ ਜੜੋਂ ਪੱਟ ਕੇ ਰੱਖਤਾ। ਹਾਲਾਂਕਿ ਮੇਰੀ ਕੋਈ ਗਲਤੀ ਨਹੀਂ ਸੀ, ਮੇਰੇ ਸਹੁਰਿਆਂ ਦੀ ਵੀ ਕੋਈ ਇੰਨੀ ਗਲਤੀ ਨਹੀਂ ਸੀ। ਮੇਰੀ ਮਾਂ ਨੇ ਟੁੱਟੇ ਛਿੱਤਰ ਵਾਂਗੂ ਗੱਲ ਵਧਾ ਕੇ ਨਾ ਅਤੇ ਮੈਨੂੰ ਘਰ ਲਿਆ ਕੇ ਛੱਡਿਆ। ਇਹ ਤਾਂ ਪੁੱਤ ਪਹਿਲਾਂ ਵੀ ਆਈ ਸੀ, ਕੁਮਾਰੀ ਹੁੰਦੀ ਵੀ ਇਹਦਾ ਇਹੀ ਹਾਲ ਸੀਗਾ, ਤਾਈਆਂ ਚਾਚੀਆਂ ਨਾਲ ਲੜਾਈ ਰੱਖਦੀ ਸੀ, ਹੁਣ ਗਾਹਾਂ ਸਹੁਰੀ ਜਾ ਕੇ ਵੀ ਇਹਦਾ ਇਹੀ ਹਾਲ ਹੋ ਗਿਆ। ਇਹ ਤਾਂ ਹਟਦੀ ਹੋਈ ਨਹੀਂ, ਕਿਸੇ ਘੜੀ ਸਮਝਦੀ ਹੋਈ ਨਹੀਂ, ਸਮਝਾ ਥੱਕ ਗਿਆ ਸੀ ਤਾਂ ਹੁਣ ਕੀ ਕਰੀਏ ਇਹਦਾ। ਮਾਸੀ ਕਰਨਾ ਕੀ ਹੈਗਾ, ਇੱਕ ਦਿਨ ਮੇਰੀ ਮਾਂ ਨੂੰ ਆਪਦੇ ਕੋਲੇ ਬੁਲਾ ਲਾ ਤੇ ਚੰਗੀ ਕਲਾਸ ਲਾ। ਉਹ ਸਿਰਫ ਤੇਰੇ ਤੋਂ ਡਰਦੀ ਹੈ, ਹੋਰ ਕਿਸੇ ਤੋਂ ਨਹੀਂ ਡਰਦੀ ਹੈਗੀ। ਆ ਮੇਰੇ ਵਰਗੀ ਮਾੜੀ ਜੀ ਗੱਲ ਕਹਿ ਦੇਣਾ ਤੇ ਚਾਰੇ ਚੱਕ ਕੇ ਪੈਂਦੀ ਆ, ਤੈਨੂੰ ਨਹੀਂ ਪਤਾ, ਚੁੱਪ ਕਰ ਜਾ, ਤੈਨੂੰ ਕੀ ਪਤਾ ਨਿਆਣੀ ਨੂੰ, ਮੈਨੂੰ ਇਹੋ ਜਿਹੀਆਂ ਗੱਲਾਂ ਕਰਦੀ ਆ। ਲੈ ਹੋਰ ਤਾਂ ਹੋਰ, ਹੁਣ ਮਾਮੀ ਤੇ ਮੇਰੀ ਮਾਂ ਦੋਨੇ ਰਲ ਕੇ ਨਾ ਸੁੱਖ ਦਾ ਘਰ ਪੱਟਣ ਲੱਗੀਆਂ ਹੋਈਆਂ। ਮਾਮੀ ਨੂੰ ਸ਼ਰਮ ਨਹੀਂ ਆਉਂਦੀ ਵੀ ਮੇਰੇ ਮੁੰਡੇ ਦਾ ਘਰ ਪੱਟਿਆ ਜਾਊ, ਉੱਥੇ ਦੂਰੋਂ ਦੂਰ ਹੀ ਉੱਥੇ ਜਾ ਕੇ ਲੜਦੀਆਂ ਨੇ ਗੀਆਂ ਗਾਹਾਂ। ਉਹਦਾ ਭਾਈ ਆ ਗਿਆ, ਉਹਦਾ ਸਾਲਾ ਸੁੱਖ ਦਾ, ਉਹ ਬਹੂ ਦੇ ਆ ਕੇ ਚਪੇੜ ਚਪੂੜ ਮਾਰ ਗਿਆ, ਉਹਨਾਂ ਦਾ ਤਾਂ ਰੌਲਾ ਖਾਸਾ ਵਧਿਆ ਪਿਆ। ਮੈਂ ਉਹਦੇ ਗਈ ਸੀਗੀ, ਉਹ ਤਾਂ ਮੈਂ ਬੋਲਦੀ ਹਾਂ ਸੱਚ, ਫਿਰ ਮੈਂ ਤਾਂ ਹੀ ਸਾਰਿਆਂ ਨੂੰ ਕੌੜੀ ਲੱਗਦੀ ਹਾਂ, ਮਾੜੀ ਵੀ ਮੈਂ ਤਾਂਹੀਓ ਵੱਜ ਰਹੀ ਹਾਂਗੀ, ਮੇਰੀ ਤਾਂ ਕਿਸੇ ਨਾਲ ਬਣਦੀ ਨਹੀਂ। ਹੋ ਮਾਸੀ, ਮੰਨਦੀਆਂ ਵੀ ਤੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ, ਤੂੰ ਸਾਰਿਆਂ ਨੂੰ ਬੁਰੀ ਲੱਗਦੀ ਆ, ਉਹ ਫਿਰ ਤੇਰੇ ਤੋਂ ਡਰਦੇ ਵੀ ਤਾਂ ਸਾਰੇ ਨੇ। ਆ ਦੇਖ ਲੈ, ਜਿਹੜੀ ਮਰਜ਼ੀ ਰਿਸ਼ਤੇਦਾਰੀ 'ਚ ਤੂੰ ਵਗ ਜੇ, ਆਏ ਭੱਜੇ ਫਿਰਦੇ ਹੁੰਦੇ ਆ ਤੇਰੇ ਮੂਹਰੇ ਊਰੀ ਵਾਂਗੂ। ਮਾਂ ਫਿਰ ਤੂੰ ਕਹੇਗੀ ਮੈਂ ਬੋਲਦੀ ਹਾਂ, ਮੈਂ ਤਾਂ ਐਂ ਸਮਝ ਨਹੀਂ ਆਉਂਦੀ ਵੀ ਮੇਰੀ ਮਾਂ ਨੂੰ ਲੋੜ ਕੀ ਪਈ ਆ ਤੀਜੇ ਥਾਂ 'ਤੇ ਜਾ ਕੇ ਉਹਨਾਂ ਦਾ ਘਰ ਉਜਾੜਨ ਦੀ। ਉਹ ਮੈਨੂੰ ਉਜਾੜ ਕੇ ਹਜੇ ਸਬਰ ਨਹੀਂ ਆਇਆ, ਹਜੇ ਕਿਹੜਾ ਕੀੜੀ ਗੰਢਾ ਰਹਿੰਦਾ ਕੱਢਣ ਵਾਲਾ। ਮਾਸੀ ਮੈਂ ਤਾਂ ਐਂ ਸਮਝ ਨਹੀਂ ਆਉਂਦੀ ਵੀ ਮੇਰੀ ਮਾਂ ਕਿਉਂ ਨਹੀਂ ਕੰਮ ਲੈਂਦੀ ਦਿਮਾਗ ਤੋਂ, ਉਹਨੂੰ ਸ਼ਰਮ ਕਿਉਂ ਨਹੀਂ ਆਉਂਦੀ ਵੀ ਮੇਰੀ ਧੀ ਐਡੀ ਬੈਠੀ ਆ ਮੇਰੇ ਦਰਵਾਜ਼ੇ ਦੇ ਉੱਤੇ ਅਲੋਕਣੀਆਂ ਤਾਨੇ ਮਾਰਦੀਆਂ, ਵੀ ਪਤਾ ਨਹੀਂ ਇਹੋ ਜਿਹੀ ਕੀ ਗੱਲ ਹੈ ਜਿਹੜਾ ਸਹੁਰਿਆਂ ਨੇ ਕੁੜੀ ਛੱਡਤੀ। ਹੁਣ ਮੈਂ ਕੀ ਦੱਸਾਂ ਗਲੀ ਗਵਾਂਢ ਵੀ ਮੇਰੀ ਮਾਂ ਦੀ ਕਰਤੂਤ ਆ, ਮੈਂ ਤਾਂ ਫਿਰ ਵੀ ਪੜਦਾ ਪਾਉਂਦੀ ਹਾਂ। ਮੈਂ ਫੋਨ 'ਤੇ ਗੱਲ ਕਰ ਲੂੰ ਪੁੱਤ, ਨਾ ਇਹ ਤੇਰੀ ਮਾਮੀ ਨੂੰ ਸਮਝਾਊਂ ਨਾ ਇਹ ਤੇਰੀ ਮਾਂ ਨੂੰ ਸਮਝਾਉਂਗੀ, ਜੇ ਸਮਝਣਗੀਆਂ ਉਹਨਾਂ ਦੀ ਮਰਜ਼ੀ ਹੈ। ਉਹ ਮਾਸੀ ਇਹ ਤਾਂ ਤੇਰੀ ਗੱਲ ਜਮਾਂ ਸਹੀ ਹੈ, ਸਮਝਾ ਲਾ ਚੰਗੀ ਰਹੇਗੀ, ਅਤੇ ਨਹੀਂ ਨਾ ਭੜਥੂ ਪੈ ਜੂਗਾ ਸਾਰੇ ਰਿਸ਼ਤੇਦਾਰਾਂ ਦੇ ਵਿੱਚ। ਅੱਜ ਤਾਂ ਮਾੜਾ ਮੋਟਾ ਕਿਤੇ ਜਾਂਦੀਆਂ ਆਉਂਦੀਆਂ ਨੇ, ਮੂੰਹ ਮੱਥੇ ਲੱਗਦੀਆਂ ਨੇ, ਆ ਕੱਲ੍ਹ ਨੂੰ ਕਿਸੇ ਨੇ ਵੜਨ ਨਹੀਂ ਦੇਣੀਆਂ। ਅਤੇ ਨਾਲੇ ਦੇਖ ਲੈ, ਹੋਰ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਕਹਿੰਦੇ ਨੇ ਅਗੇ ਲੋਕਾਂ ਦੇ ਪਰਚੇ ਨਿਬੇੜਦੀ ਫਿਰਦੀਆਂ, ਲੋਕਾਂ ਦੇ ਘਰਾਂ 'ਚ ਰੇਡਾਂ ਮਾਰਦੀ ਫਿਰਦੀਆਂ, ਆਪਦੀ ਪੀੜ੍ਹੀ ਥੱਲੇ ਤਾਂ ਸੋਟਾ ਮਾਰ ਲਾ, ਤੁਹਾਡੇ ਘਰੇ ਕਲੇਸ਼ ਪਿਆ ਹੋਇਆ। ਆ ਮੈਂ ਫਿਰ ਕਹਿ ਦਿੰਦੀ ਹਾਂ, ਚੱਲ ਕਾਹਦੇ ਪਿੱਛੇ ਸੰਭਲ ਜਾਣੀਆਂ, ਤੀਵੀਆਂ ਦੇ ਨਾ ਮੂੰਹ ਲੱਗੇ ਹੁੰਦੇ ਨੇ, ਇੱਕ ਛੱਡ ਚਾਰ ਚਾਰ ਗੱਲਾਂ ਕਰਦੀਆਂ ਨੇ ਵੀ ਕਾਹਦੇ ਪਿੱਛੇ। ਹੈਂ ਮਾਸੀ ਸਮਝਾ ਲੈ, ਮੈਂ ਤਾਂ ਤੇਰੇ ਕੋਲ ਆਈ ਹਾਂ ਦੇਖ, ਨਹੀਂ ਮੈਨੂੰ ਕੀ ਲੋੜ ਸੀਗੀ ਐਵੇਂ ਤੈਨੂੰ ਵੀ ਤੰਗ ਕਰਨ ਦੀ। ਸਮਝਾਉਂਗੀ ਪੁੱਤ ਮੈਂ। ਹੋਰ ਵੀ ਦੱਸ, ਸੁੱਖ ਕੇ ਘਰੇ ਜਾਣ ਦੀ ਲੋੜ ਕੀ ਪਈ ਹੈ? ਮੈਂ ਤਾਂ ਇਹ ਹੈਰਾਨ ਹਾਂ, ਗਾਹਾਂ ਉਹਦੇ ਪੇਕਿਆਂ ਤੱਕ ਵੀ ਕਲੇਸ਼ ਪਾਇਆ ਪਿਆ, ਉਹਦੇ ਪੇਕਿਆਂ ਦੀ ਵੀ ਮੈਂ ਜਾ ਕੇ ਆਈ ਹਾਂ। ਮੈਂ ਉਹਦੇ ਭਾਈ ਨੂੰ ਕਹਿ ਕੇ ਆਈ ਹਾਂ ਵੀ ਭਾਈ ਦੇਖ ਅਦਰ ਜਿੱਥੇ ਚਾਰ ਭਾਂਡੇ ਖੜਕਦੇ ਹੁੰਦੇ ਆ, ਕੋਈ ਗੱਲ ਨਹੀਂ, ਤੁਸੀਂ ਐਵੇਂ ਨਾ ਚੁਣੀ ਚੱਕ ਕੇ ਵਗ ਜਾ ਕਰੋ ਜਿੱਤੋਂ ਉੱਥੇ ਦਿਨ। ਹੋਰ ਕੋਈ ਨਹੀਂ ਪੁੱਤ, ਮੈਂ ਗੱਲ ਕਰਕੇ ਦੇਖੂੰਗੀ, ਜੇ ਮੇਰੀ ਸੁਣਨਗੀ ਆ ਮੈਂ ਕਰੂੰਗੀ। ਕਿਉਂ ਨਹੀਂ ਸੁਣਨਗੀ ਆ ਤੇਰੀ? ਆ ਤੇਰੀ ਤਾਂ ਸਾਰੇ ਗੱਲ ਸੁਣਦੇ ਨੇ, ਤੂੰ ਆਪ ਹੀ ਦੱਸ ਤੇਰੇ ਕੋਲ ਆਉਂਦਾ ਕੋਈ ਛੇਤੀ ਮਿਲਣ? ਉਹਨਾਂ ਨੂੰ ਪਤਾ ਹੈ ਮਾਸੀ ਸਾਡੀ ਕਲਾਸ ਲਾਊਗੀ। ਨਾਲੇ ਮਾਸੀ ਚੱਲ ਮੇਰੀ ਮਾਂ ਦੀ ਤਾਂ ਛੱਡ, ਆ ਮਾਮੀ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਵੀ ਬਹੂ ਇੰਨੀ ਚੰਗੀ ਹੈ, ਬਹੂ ਬੋਲਦੀ ਨਹੀਂ ਵਿਚਾਰੀ, ਸਾਰਾ ਘਰ ਦਾ ਕੰਮ ਕਾਰ ਕਰਦੀ ਹੈ, ਸੁੱਖ ਨਾਲ ਨੌਕਰੀ ਕਰਦੇ ਆ ਦੋਨੇ ਜੀ, ਹੈ ਘਰ ਦੇ ਵਿੱਚ ਪੈਸਾ ਹੀ ਪੈਸਾ, ਵੀ ਤੂੰ ਤਾਂ ਬਹਿ ਕੇ ਖਾ। ਹੈਂ ਵੀ ਤੈਨੂੰ ਖਾਣਾ ਨਹੀਂ ਆਉਂਦਾ, ਗੱਲ ਤਾਂ ਇਹ ਹੈ ਖਾਣਾ ਨਹੀਂ ਆਉਂਦਾ, ਉੱਤੇ ਮੈਂ ਮਾੜਾ ਜਿਹਾ ਵਾਗੀ। ਲੈ ਉਧਰੋਂ ਮਾਮਾ ਜੀ ਆ ਗਏ, ਗਾਹਾਂ ਮਾਮਾ ਜੀ ਨੇ ਵੀ ਲੜਨ ਲੱਗ ਗਈ, ਜਮੇ ਹੀ ਨਹੀਂ ਦੇਖਿਆ ਵੀ ਕੁੜੀਆਂ ਆਈਆਂ ਹੋਈਆਂ ਨੇਗੀਆਂ। ਬਸ ਜ਼ਿਆਦਾ ਪੈਸਾ ਮੱਤ ਮਾਰ ਦਿੰਦਾ ਪੁੱਤ। ਸਹੀ ਗੱਲ, ਪੈਸਾ ਹੀ ਮੱਤ ਮਾਰਦਾ, ਮੇਰੀ ਮਾਂ ਨੂੰ ਵੀ ਐਂ ਹੋ ਗਿਆ ਵੀ ਕੁੜੀ ਦੀ ਤਨਖਾਹ ਆਉਂਦੀ ਆ, ਕੁੜੀ ਉੱਥੋਂ ਚੱਕੋ ਇੱਥੇ ਲਿਆਓ। ਦੱਸ ਚੱਲ ਠੀਕ ਹੈ ਮਾਸੀ, ਤੂੰ ਐਂ ਕਰੀ ਇੱਕ ਵਾਰ ਫੋਨ ਕਰ ਲਈ, ਆਪਦਾ ਫਰਜ਼ ਨਿਭਾ ਲਈ ਭਾਈ।
ਜੇ ਤਾਂ ਸਮਝਣਗੀਆਂ ਠੀਕ ਹੈ, ਜੇ ਨਾ ਸਮਝਣਗੀਆਂ ਤਾਂ ਠੀਕ ਹੈ। ਮੈਨੂੰ ਤਾਂ ਐਂ ਲੱਗਦਾ ਵੀ ਇਹ ਝੱਜੂ ਪਵਾ ਕੇ ਹਟਣਗੀਆਂ ਇਹਨਾਂ ਦੇ, ਉਨਾ ਚਿਰ ਰੋਟੀ ਨਹੀਂ ਲੰਘਦੀ ਜਿੰਨਾ ਚਿਰ ਕਿਸੇ ਦੇ ਘਰੇ ਤੀਲੀ ਨਾ ਸੱਟਣ। ਚੱਲ ਠੀਕ ਹੈ, ਮੈਂ ਮਾਸੀ ਚੱਲਦੀ ਹਾਂ ਹੁਣ। ਚੰਗਾ, ਮਾਰ ਲਈ ਕਿਹੜਾ, ਤੂੰ ਵੀ ਆ ਜੀ। ਆਊਂਗੀ ਪੁੱਤ ਮੈਂ। ਚੱਲ ਠੀਕ ਹੈ ਫਿਰ। ਮੈਂ ਪਹਿਲਾਂ ਘਰੇ ਗਿਆ ਸੀ ਮਾਸੜ ਜੀ। ਹਾਂ ਠੀਕ ਹੈ ਪੁੱਤ। ਫਿਰ ਉੱਥੇ ਕੋਈ ਹੈ ਨਹੀਂ ਸੀ ਘਰੇ, ਤਾਂ ਫਿਰ ਤੈਨੂੰ ਪਤਾ ਨਾ ਇੱਧਰ ਕੰਮ ਚੱਲੀ ਜਾਂਦਾ। ਹਾਂਜੀ ਹਾਂ, ਕੰਮ ਤਾਂ ਉਹ ਸੋਹਣਾ ਬਣ ਗਿਆ ਜੀ ਹੌਲੀ ਹੌਲੀ, ਹੈ ਨਾ। ਹਾਂ ਹੌਲੀ ਹੌਲੀ ਚੜ੍ਹ ਜਾਓ ਜੀ ਪੂਰ। ਹੋਰ ਸੁਣਾ, ਘਰੇ ਠੀਕ ਠਾਕ ਹੈ? ਹਾਂ ਜੀ ਠੀਕ ਠਾਕ, ਤੁਸੀਂ ਦੱਸੋ, ਤਗੜੀ ਹੈ ਸਿਹਤ? ਬਸ ਵਧੀਆ, ਮੈਂ ਤਾਂ ਤੈਨੂੰ ਪਤਾ ਹੀ ਇਹੋ ਜਿਹੇ ਵਿਹਲੇ ਦੇ ਕੰਮਾਂ 'ਚ ਉੱਭਰਾਂ। ਹੁਣ ਤਾਂ ਥੋੜ੍ਹੀ ਰਹਿ ਗਿਆ ਮਾਸੜ ਜੀ ਕੰਮ, ਹੈ ਨਾ। ਹਾਂ, ਅੱਜ ਮਿਸਤਰੀ ਵੀ ਛੁੱਟੀ ਕਰੀ ਬੈਠਾ, ਅੱਜ ਮੇਰੀ ਡਿਊਟੀ ਹੈ ਇੱਥੇ, ਵੀ ਨਿਗਾਹ ਨੂੰ ਰੱਖ। ਅੱਛਾ, ਕੀ ਕਹਿੰਦਾ ਮਿਸਤਰੀ? ਮਿਸਤਰੀ ਨੂੰ ਤੈਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਕੰਮ ਧੰਦਾ ਹੋ ਜਾਂਦਾ ਕੋਈ ਨਾ ਕੋਈ। ਇਹ ਵੀ ਜਦੋਂ ਨਾ ਠਿੱਲ ਜੀ ਮਾਰਨ ਲੱਗ ਗਿਆ ਨਾ, ਆਈ ਮਾਰੀ ਜਾਂਦੇ ਹੁੰਦੇ ਨੇ। ਨਹੀਂ, ਇਹ ਦੋ ਦੋ ਤਿੰਨ ਤਿੰਨ ਥਾਂ 'ਤੇ ਫਸੇ ਰਹਿੰਦੇ ਨੇ। ਹਾਂ, ਵਾਪਸ ਤਾਂ ਕਿਸੇ ਨੂੰ ਦਿੰਦੇ ਨਹੀਂ। ਹੈਂ, ਸਹੀ ਗੱਲ। ਨਾਲੇ ਤਾਂ ਲਿਹਾਜ਼ਾ ਰੱਖਦੇ, ਨਾਲੇ ਪੈਸੇ ਐਡਵਾਂਸ ਪੜ ਲੈਂਦੇ ਨੇ। ਹਾਂ, ਐਂ ਕਰਦੇ ਨੇ। ਸਹੀ ਗੱਲ ਹੈ। ਬਹਿ ਜਾ ਪੁੱਤ, ਬਹਿ ਗਈ ਬਹਿ ਗਈ। ਅੱਛਾ, ਐਂ ਦੱਸ ਪੁੱਤ, ਉੱਧਰ ਤਾਂ ਘਰੇ ਕੋਈ ਹੈ ਨਹੀਂ ਸੀ, ਹੁਣ ਤੂੰ ਇੱਧਰ ਆਇਆ, ਪਹਿਲਾਂ ਐਂ ਦੱਸ ਚਾਹ ਪਾਣੀ ਬਣਾ ਵਾਂ? ਨਾ ਨਾ ਜੀ, ਚਾਹ ਪਾਣੀ ਨੂੰ ਬਸ ਫਤਿਹ ਕੰਮ, ਮੈਂ ਤਾਂ ਬਸ ਕੰਮ ਆਇਆ ਸੀਗਾ ਜੀ, ਹੁਣ ਮੁੜੂ। ਮੈਂ ਵੀ ਤੈਨੂੰ ਇਹੀ ਗੱਲ ਪੁੱਛਦਾ ਵੀ ਤੂੰ ਅਚਾਨਕ ਜੇ ਆਇਆ, ਨਾ ਕੋਈ ਫੋਨ ਨਾ ਲੈਣਾ ਨਾ ਦੇਣਾ, ਹੈ? ਉਹ ਤਾਂ ਮਾਸੜੇ ਜੀ, ਚਲੋ ਹੁਣ ਤੁਹਾਡੇ 'ਤੇ ਤਾਂ ਕੀ ਲੁੱਕ ਹੈ, ਹੈ ਨਾ। ਹਾਂ ਹਾਂ, ਦੱਸ। ਅਤੇ ਉਹ ਜੀਤਾਂ ਦੀ ਭਾਬੀ ਹੈ ਜਿਹੜੀ ਜਾਇਜ਼ ਕੁੜੀ, ਹਾਂ ਵਿਆਹੀ ਹੋਈ, ਹਾਂ ਹਾਂ ਹਾਂ, ਉਹਦੇ ਭਾਈ 'ਤੇ ਕੋਈ ਮਾੜਾ ਮੋਟਾ ਕੇਸ ਸਕੂਲ 'ਚ ਪੈ ਗਿਆ ਜੀ, ਉਹ ਉੱਥੇ ਗਈ ਹੋਈ ਸੀ। ਅੱਛਾ, ਅਤੇ ਉਹਨਾਂ ਦਾ ਫੋਨ ਆਇਆ ਸੀ ਮੈਨੂੰ, ਕਹਿੰਦੇ ਵੀ ਥੋੜ੍ਹੇ ਪੈਸਿਆਂ ਦੀ ਲੋੜ ਹੈ। ਨਾ ਉਹ ਤਾਂ ਠੀਕ ਹੈ ਪੁੱਤ, ਫਿਰ ਮੇਰਾ ਲੜ ਲੁੜ ਪਿਆ ਕਿਸੇ ਨਾਲ, ਕੀ ਗੱਲ ਹੋ ਗਈ ਇਹ? ਉਹ ਬਸ ਮਾੜਾ ਮੋਟਾ ਨਸ਼ਾ ਪਤਾ ਜਿਹਾ ਕਰਦਾ ਜੀ ਉਹਦੇ 'ਚ। ਅੱਛਾ ਅੱਛਾ, ਇਹ ਤਾਂ ਕਈ ਵਾਰ ਕੀ ਹੁੰਦਾ ਨਾ, ਖਾਣ ਵਾਲੇ ਪਿਆ ਫੜਿਆ ਜਾਂਦਾ, ਕਈ ਵਾਰ ਜਿਹੜਾ ਦੇਣ ਆਉਂਦਾ ਉਹ ਉਹਨੂੰ ਫੜਾ ਆਉਂਦਾ ਵੀ ਉਹ ਤੋਂ ਦੇ ਲਓ। ਹੈਂ, ਇਹੋ ਜਿਹਾ ਕੰਮ ਸਮਝਾਉਂਦੇ ਬਹੁਤ, ਅਸੀਂ ਕੀ ਕਰੀਏ ਫਿਰ, ਹੈ ਨਾ। ਹੁਣ ਆਇਆ ਪੁੱਤ, ਜੇ ਉਹ ਕੇਸ ਪੈ ਗਿਆ ਨਾ, ਹੁਣ ਉਹਨੂੰ ਸਮਝਾ ਕੇ ਉਹਦਾ ਮਾੜਾ ਮੋਟਾ ਇਲਾਜ ਕਰਾ ਦਿਓ। ਹੋਰ ਜੀ ਮਾਸੜ ਜੀ, ਪੁੱਛੋ ਨਾ, ਅਲੱਗੋ ਅਲੱਗ ਹੋਈ ਪਈ ਹੈ। ਉਹ ਜਿੰਨੇ ਜੀਤਾਂ ਦੀ ਭਾਬੀ ਦੇ ਅਕਾਊਂਟ 'ਚ ਸੀਗੇ ਸਾਰੇ ਪੈਸੇ ਲੱਗ ਗਏ, ਹੁਣ ਬਸ ਥੋੜ੍ਹੇ ਘਣੇ ਪੈਸੇ ਦੀ ਹੋਰ ਲੋੜ ਸੀ, ਅਤੇ ਫਿਰ ਘਰ ਹੈ ਨਹੀਂ ਸੀ, ਫਿਰ ਜੀਤਾਂ ਨਾਲ ਕਰੀ ਸੀ ਗੱਲ, ਫਿਰ ਜੀਤਾਂ ਕਹਿੰਦੀ ਸੀ ਵੀ ਚੱਲ ਕੋਈ ਨਾ ਆ ਜੀ, ਮੈਂ ਕਿਹਾ ਵੀ 1.5 ਲੱਖ ਰੁਪਈਆ ਚਾਹੀਦਾ, ਉਹ ਕਹਿੰਦੀ ਸੀ, ਕਹਿੰਦੀ ਚੱਲ ਕੋਈ ਨਹੀਂ ਆ ਜੀ ਆਪਾਂ ਕਰ ਦਾਂਗੇ ਹੱਲ। ਪੁੱਤ, ਪੈਸਿਆਂ ਦੀ ਤਾਂ ਕੋਈ ਗੱਲ ਨਹੀਂ, ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਰਹਿੰਦੇ ਨੇ, ਘਰ ਵਾਲੀ ਗੱਲ ਹੁੰਦੀ ਹੈ, ਹੈ ਨਾ। ਵੀ ਮੈਂ ਤਾਂ ਹੁਣ ਇੱਧਰ ਸਾਰਾ ਕੰਮ ਚਲਾ ਛੱਡਿਆ, ਚੱਲੀ ਜਾਂਦੇ, ਤੈਨੂੰ ਪਤਾ ਹੀ ਹੈ। ਹਾਂਜੀ ਹਾਂਜੀ, ਅਤੇ ਪੁੱਤ ਤੂੰ ਜੀਤਾਂ ਨਾਲ ਗੱਲ ਕਰ ਲੈ, ਠੀਕ ਹੈ ਨਾ। ਜੋ ਕਿਸੇ ਹਿਸਾਬ 'ਚ ਹੁਣ ਉਹਦਾ ਜੋਬ ਕਰਦੇ ਨੇ, ਉਹਨਾਂ ਦਾ ਤਾਂ ਹੱਥ ਪੈਂਦਾ ਹੀ ਰਹਿੰਦਾ, ਉਹਦੇ ਨਾਲ ਗੱਲ ਕਰ ਲੈ ਪੁੱਤ, ਕੋਈ ਗੱਲ ਨਹੀਂ, ਜੋ ਦੇ ਦੇ ਸਾਨੂੰ ਕੋਈ ਦਰਾਜ ਨਹੀਂ, ਸੁੱਖ ਨਾਲ ਉਹ ਆਪੇ ਗੱਲ ਕਰ ਲੂ। ਠੀਕ ਹੈ ਜੀ ਮਾਸੜੀ। ਦੂਜੀ ਗੱਲ ਜਿਹੜੀ ਪੈਸਿਆਂ ਦੀ ਲੱਗੋ ਲੱਗ ਕਹਿਣਾ ਨਾ, ਇਹ ਤਾਂ ਕੋਈ ਇਹੋ ਜਿਹਾ ਵਕਤ ਨਾ ਪਾਵੇ, ਇਹ ਤਾਂ ਬਿਮਾਰੀ ਤੋਂ ਵੀ ਭੈੜਾ ਜਿਹੜਾ ਕੇਸ ਪੈ ਜਾਂਦਾ ਨਾ। ਹੁਣ ਇਹਦਾ ਨਾ ਇਹ 3-4 ਥਾਂ 'ਤੇ ਪੈਸੇ ਬਣਦੇ ਨੇ, ਇਹ ਤਾਂ ਪੈਸੇ ਲਏ ਬਿਨਾਂ ਨਾ ਬੰਦੇ ਨੂੰ ਛੱਡਦੇ ਨਹੀਂ ਹਨ। ਹੁਣ ਮੇਰਾ ਸਹੁਰਾ ਹੈ ਨਹੀਂ ਗਾ ਜੀ, ਇਕੱਲੀ ਸੱਸ ਹੈ, ਠੀਕ ਹੈ, ਉਹਨੂੰ ਦੁਖੀ ਕਰਦਾ, ਹੁਣ ਆਏ ਆ, ਫਿਰ ਜੇ ਔਖੇ ਵੇਲੇ ਆਪਾਂ ਨਹੀਂ ਖੜਾਂਗੇ ਜੀ, ਫਿਰ ਖੜੂਗਾ ਕੌਣ? ਨਹੀਂ ਪੁੱਤ, ਆਪਣਾ ਫਰਜ਼ ਬਣਦਾ। ਇਹ ਗੱਲ ਉਹਨੂੰ ਤੁਸੀਂ ਜ਼ਰੂਰ ਸਮਝਾਇਓ, ਪਿਆਰ ਨਾਲ, ਹਰਖ ਨਾਲ ਨਹੀਂ। ਵੀ ਦੇਖੋ ਹੁਣ ਤਾਂ ਤੈਨੂੰ ਤੇਰਾ ਇਲਾਜ ਵੀ ਕਰਾ ਦਿਆਂਗੇ, ਤੈਨੂੰ ਇੱਥੋਂ ਕੇਸ 'ਚੋਂ ਵੀ ਕਢਾ ਦਿਆਂਗੇ, ਜੇ ਉਹ ਮੰਨ ਜੇ, ਨਾਲੇ ਤਾਂ ਉਹਦੀ ਜ਼ਿੰਦਗੀ ਬਣ ਜੂ, ਨਾਲੇ ਆਪਾਂ ਨੂੰ ਫਾਇਦਾ। ਹਾਂ ਜੀ ਮਾਸੜ ਜੀ, ਸਮਝਾਉਣੇ ਤਾਂ ਬਥੇਰਾ ਜੀ, ਪਰ ਹੁਣ ਦੇਖੋ ਜੇ ਬੁੱਥ 'ਚੋਂ ਨਹੀਂ, ਹੁਣ ਉਹ ਫਸਿਆ ਹੋਇਆ ਨਾ, ਹੁਣ ਉਹ ਕੁਛ ਐਂ ਹੋ ਜੂ ਉਹਦੇ ਦਿਮਾਗ 'ਤੇ, ਵੀ ਜਦੋਂ ਤੂੰ ਇੰਨੇ ਇੰਨੇ ਨਸ਼ੇ ਨਾਲ ਤੈਨੂੰ ਕੋਈ ਤੇਰੀ ਜਾਨ ਨਿਕਲੀ, ਹੁਣ ਤੂੰ 10 ਦਿਨ ਹੋਰ ਵਿਹਲਾ ਰਹਿ ਜਾ,
ਸਮਝੋ, ਨਹੀਂ ਤਾਂ ਵਾਧੂ ਆ ਜੀ ਮਾਸਟਰ ਜੀ, ਹੁਣ ਜੇ ਸਮਝੇ ਨਾ ਫੇਰ ਹੀ ਹੈ, ਬੁੱਥ 'ਚ ਤਾਂ ਬਥੇਰੀ ਵੜਦੇ ਹਾਂ, ਮੱਥਾ ਬਥੇਰਾ ਮਾਰਦੇ ਹਾਂ। ਠੀਕ ਹੈ, ਨਾਲੇ ਮੈਂ ਤਾਂ ਜੀ ਤੁਹਾਡੇ ਤੋਂ ਗੱਲ ਵੀ ਪੁੱਛਣੀ ਇੱਕ। ਹਾਂ ਦੱਸ। ਜੀਤਾਂ ਨਾਲ ਤਾਂ ਚਲੋ ਕਰ ਲੂੰਗਾ ਗੱਲ ਮੈਂ, ਉਹਦੇ ਨਾਲ ਤਾਂ ਗੱਲ ਕਰ ਲਈ ਵੀ ਕਰ ਵੀ ਲਈ, ਅਤੇ ਬਸ ਮੈਂ ਪੁੱਛਣਾ ਸੀ ਵੀ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼? ਉਹ ਤਾਂ ਮੈਨੂੰ ਤਾਂ ਕਾਹਦਾ ਇਤਰਾਜ਼ ਹੈ। ਜਾਂ ਫਿਰ ਵੀ ਮਾਸੀ ਨੂੰ ਤੁਸੀਂ ਇੱਕ ਵਾਰੀ ਚਲੋ ਕਰ ਲਿਓ, ਫਿਰ ਵੀ ਮਾਸੀ ਨਾਲ ਗੱਲ ਕਿਤੇ ਕੱਲ੍ਹ ਨੂੰ ਕਲੇਸ਼ ਨਾ ਪਵੇ। ਪੁੱਤ ਇਹ ਗੱਲ ਤੇਰੀ ਨਾ ਸਹੀ ਹੈ ਤੇਰੀ ਮਾਸੀ ਵਾਲੀ, ਮੈਨੂੰ ਤਾਂ ਤੈਨੂੰ ਪਤਾ ਹੀ ਹੈ ਕੋਈ ਇਤਰਾਜ਼ ਨਹੀਂ। ਮੈਂ ਜੇ ਤੈਨੂੰ ਇੱਕ ਹੋਰ ਸਲਾਹ ਦੇਵਾਂ, ਹਾਂਜੀ, ਵੀ ਠੀਕ ਹੈ ਆਪਣੇ ਘਰ ਦਾ ਵੱਡਾ ਮੈਂਬਰ ਹੈ ਤੇਰੀ ਮਾਸੀ, ਇਹ ਗੱਲ ਨਹੀਂ, ਪਰ ਉਹਦਾ ਸੁਭਾਅ ਚੰਦਰ ਹੈ, ਸਮਝਦੀ ਨਹੀਂ ਗੱਲ ਨੂੰ। ਵੀ ਮੈਂ ਕਹਿਣਾ ਦੇਖ ਸੁੱਖ ਨੂੰ ਪਤਾ, ਮੈਨੂੰ ਵੀ ਪਤਾ, ਅਤੇ ਤੇਰੀ ਭੈਣ ਨੂੰ ਤਾਂ ਪਤਾ ਹੀ ਪਤਾ, ਠੀਕ ਹੈ ਨਾ, ਵੀ ਜੇ ਆਪਾਂ ਉਹਨੂੰ ਦੱਸੀਏ ਨਾ, ਇਹ ਨਹੀਂ ਲੁਟਾਉਂਦਾ ਕੰਮ, ਦੇਖ ਲਓ ਜੀ ਫਿਰ ਬਾਕੀ ਸੁੱਖ ਨਹੀਂ ਕਰ ਲੂੰਗਾ। ਆਪਾਂ ਪੁੱਤ ਦੋਨੇ ਹੀ ਬੈਠੇ ਹੁਣ ਤਾਂ, ਆਪਾਂ ਇਹੀ ਰਹਿ ਕਰਦੇ ਹਾਂ। ਅੱਛਾ ਨਾਲੇ ਤਾਂ ਆਪਣਾ ਕੰਮ ਸਰਦੇ, ਸੱਪ ਵੀ ਮਰਦੇ, ਸੋਟਾ ਵੀ ਬਚ ਰਹੇ, ਹੈਂ, ਅਸੀਂ ਕਿਹੜਾ ਕਿਸੇ ਨੂੰ ਭੈਣ ਦਾ ਹੋਰ ਚੋਰ ਠੱਗ ਨੂੰ ਪੈਸੇ ਦਿੰਦੇ, ਇਹ ਤਾਂ ਘਰ ਦੇ ਘਰ 'ਚ ਨੇ। ਹਾਂ ਠੀਕ ਹੈ ਜੀ, ਹੈ ਨਾ, ਚਲੋ ਫਿਰ ਕਰ ਲਵਾਂਗੇ ਗੱਲ, ਸੁੱਖ ਹੋਣ ਆ ਜਾਂਦੇ। ਹਾਂ ਮੇਰੇ ਤਾਂ ਇਹੀ ਰਾਇ ਆ ਪੁੱਤ। ਠੀਕ ਹੈ ਜੀ, ਲੈ ਫਿਰ ਹੁਣ ਤਾਂ ਚਾਹ ਬਣਾਉਣਾ ਪੁੱਟ, ਆਜੋ ਆਪਾਂ ਉੱਧਰ ਹੀ ਜਾ ਕੇ ਪੀਂਦੇ ਹਾਂ, ਹੈਂ, ਚੱਲ ਠੀਕ ਹੈ। ਬਾਈ ਜੀ ਬੇੜਾ ਹਰਾਮਣ ਦਾ ਇਹਦਾ, ਮੈਨੂੰ ਤਾਂ ਐਂ ਦੀ ਸੀਰੀ ਹਟਾ ਤਾ, ਮੈਂ ਕਿਹਾ ਆਪੇ ਕੰਮ ਕਰਿਆ ਕਰਨਗੇ, ਮੈਂ ਕਿਸੇ ਹਿਸਾਬ 'ਚ ਆਊਗੀ, ਸਮਾਂ ਮੈਨੂੰ ਇਹ ਸਿਆਪਾ ਕਰਨਾ ਪੈ ਗਿਆ, ਤਾਂ ਕਰਾਂ ਤਾਂ ਕੀ ਕਰਾਂ, ਨਾ ਤਾਂ ਕੱਖ ਕੰਡਾ ਆਪ ਨੂੰ ਪਾਉਣਾ ਪੈਂਦਾ। ਆਹ ਦੇਖ ਲੈ ਅੱਜ ਟੁੱਕਿਆ ਵੀ ਨਹੀਂ ਟੋਕਾ, ਐਂ ਸਿੱਟਿਆ ਹਰ ਕੇ ਹਿਸਾਬ ਤਾਂ, ਇੱਕ ਤਾਂ ਸੁੱਖ ਦਾ ਪਿਓ ਨਹੀਂ ਮੇਰੀ ਸੁਣਦਾ ਹੈਗਾ, ਜੇ ਮੇਰੀ ਗੱਲ ਉਹ ਸੁਣਦਾ ਹੋਵੇ ਨਾ, ਆ ਬਹੂ ਅਤੇ ਮੁੰਡਾ ਇਹਨਾਂ ਨੂੰ ਤਾਂ ਮੈਂ ਸੂਈ ਦੇ ਨੱਕੇ ਵਿੱਚ ਦੀ ਕੱਢ ਦਿਆਂ, ਜਿਹੜੀ ਗੱਲ ਕੀ ਕਰਾਂ, ਜਦ ਆਪਦਾ ਹੀ ਖੋਟਾ ਸਿੱਕਾ, ਦੋਸ ਵੀ ਕਿਸੇ ਨੂੰ ਕੀ ਦੇਵਾਂ, ਕਰਮਾਂ ਨੂੰ ਇਹ ਦੋਸ ਹੈ, ਲੱਗੀ ਰਹਿ ਮਨਾ, ਹੁਣ ਤਾਂ ਬਸ ਕਰਨਾ ਹੀ ਪਊਗਾ, ਤਾਂ ਦੇਖੀ ਜਾਂਦੀ ਹੈ ਹੁਣ ਹੋਰ ਰੌਲਾ ਪਾਵਾਂ, ਕੋਈ ਹੋਰ ਸਕੀਮ ਲੜਾਵਾਂ, ਹੋਰ ਤਾਂ ਸਾਰੀਆਂ ਸਕੀਮਾਂ ਮੇਰੀਆਂ ਫੇਲ ਕਰਤੀਆਂ, ਰਹਿੰਦੀ ਖੂੰਹਦੀ ਕਾਸਰ। ਆ ਬੱਬੂ ਆ ਗਈ, ਉਹ ਕੱਢ ਗਈ, ਨਹੀਂ ਬੱਬੂ ਮਾਰੀਏ, ਤੂੰ ਐਂ ਤਾਂ ਦੇਖ ਲੈ ਵੀ ਮੈਂ ਤਾਂ ਫਿਰ ਵੀ ਤੇਰੀ ਮਾਮੀ ਆ ਗਈ, ਦੂਣਾ ਚਮੜਾ ਆ ਗਈ ਇਹਨੂੰ, ਕਿਧਰੇ ਮਾਮੇ ਦੇ ਉਂਗਲਾਂ ਲਾਉਣ ਲੱਗ ਗਈ, ਕਿਧਰੇ ਮੁੰਡੇ ਜੇ ਦੇ ਉਂਗਲਾਂ ਲਾਉਣ ਲੱਗ ਗਈ, ਦੂਣਾ ਚਮੜਾ ਆ ਗਈ ਇਹਨੂੰ, ਵੀ ਤੂੰ ਐਡੀ ਸਿਆਣੀ ਸੀ, ਇਹਨੂੰ ਮੱਤਾਂ ਦਿੰਦੀ ਹੈ, ਮੈਨੂੰ ਮੱਤਾਂ ਦਿੰਦੀ ਹੈ, ਨਹੀਂ ਤੂੰ ਆਪਦਾ ਘਰ ਹੀ ਵਸਾ ਲੈ, ਆਪ ਤਾਂ ਉੱਥੇ 6 ਮਹੀਨੇ ਨਹੀਂ ਖੜ੍ਹੀ, ਉਹਦੀ ਭੱਜੇ ਹੀ ਤੂੰ ਚੱਕ ਕੇ ਚੁੰਨੀ, ਤਾਂ ਇਹ ਤਾਂ ਬੁੜੀ ਨੂੰ ਪਰੌਂਠੇ ਦਿੱਤੇ ਸੀ ਉੱਥੇ, ਵੀ ਤੂੰ ਬਾਹਲੀ ਸਿਆਣਪ ਘੋਟਦੀਆਂ ਉਰੇ, ਤਾਂ ਇਹਨਾਂ ਬੁੜੀ ਮੰਜੇ 'ਤੇ ਬਿਠਾਈ, ਤਾਂ ਕਰੂਗੀ ਮਾਮੀ ਤੂੰ ਕਰ ਲਿਆ ਕਰ ਕੰਮ, ਫਲਾਣਾ ਕਰ ਲਿਆ ਕਰ, ਨਹੀਂ ਉੱਥੇ ਜਾ ਕੇ ਜੇ ਤੂੰ ਕੰਮ ਕਰਨ ਲੱਗ ਜਾਂਦੀ ਤਾਂ ਤੇਰੀ ਸੱਸ ਤੈਨੂੰ ਉਹ ਕਰਦੀ, ਮੂੰਹ ਨਾ ਫਟਕਾਰਦੀ ਤੇਰਾ, ਇੰਨੀ ਨਰਮ ਬੁੜੀ ਸੀ ਉਹ, ਜਿਹੜੀਆਂ ਕਰਤੂਤਾਂ ਆਪ ਕਰੀਆਂ ਨੇ ਉੱਥੇ, ਉਹੀ ਇਹਨੂੰ ਸਿਖਾਉਣ ਲੱਗ ਗਈ, ਆ ਰਹਿੰਦਾ ਖੁੰਦਾ ਮੁੰਡਾ ਬਿਠਾ ਲਿਆ ਕੋਲੇ, ਇਹਨੂੰ ਵੀ ਉਂਗਲਾਂ ਲਾਉਣ ਲੱਗ ਗਈ, ਵੀ ਇਹ ਵੀ ਨਾ ਸੌਖੇ ਰਹਿ ਜਾਣ ਕਿਤੇ, ਚੱਲ ਕਰ ਲੈ ਮਨਾ ਤੂੰ ਤਾਂ ਕੰਮ ਆਪਦਾ, ਸਾਰਾ ਦਿਨ ਸਿਆਪਾ ਮੇਰੇ ਗਲੋਂ ਨਹੀਂ ਲਹਿੰਦਾ ਇਹ, ਕਦੇ ਕੁਛ ਕਰ ਲੈ ਕਦੇ ਕੁਛ ਕਰ ਲੈ, ਦੁੱਧ ਪੀਣ ਨੂੰ ਆਪ ਮੂਹਰੇ ਰਹਿੰਦੇ ਨੇ, ਭਰਿਆ ਗਲਾਸ ਅੰਦਰ ਭਰਿਆ ਗਲਾਸ ਅੰਦਰ, ਆ ਮੇਰੇ ਵਰਗੀ ਫਿਰਦੀ ਰਹਿੰਦੀ ਉਰੇ, ਖੁਦ ਬੇ ਸਤਿ ਸ਼੍ਰੀ ਅਕਾਲ ਭਾਈ, ਕਿਵੇਂ ਮਾਸੀ, ਤੜਕੀ ਗਰਮ ਜੀ ਹੋ ਰਹੀ ਹੈ, ਹੋਰ ਕੀ ਕਰਾਂ, ਆਹ ਦੇਖ ਲੈ ਸਾਰਾ ਦਿਨ ਨਹੀਂ ਫੂਕਣਾ ਮੁੱਕਦਾ, ਸਿਆਪਾ ਕਦੇ ਡੰਗਰ ਧੁੱਪੇ ਬੰਨ ਲੈ, ਕਦੇ ਛਾਵੇਂ ਬੰਨ ਲੈ, ਕਦੇ ਕੱਖ ਪਾ ਦੇ, ਕਦੇ ਇਹਨਾਂ ਨੂੰ ਰੋਟੀਆਂ ਪਕਾ ਕੇ ਦੇ ਦੇ, ਨਾ ਮੈਨੂੰ ਐਂ ਦੱਸ ਆਹ ਉਮਰ ਮੇਰੀ ਕੰਮ ਕਰਨ ਦੀ ਹੈ, ਮਸਾਂ ਤਾਂ ਜਵਾਕ ਪਿਆ ਹੋਇਆ ਸੀ ਵੀ ਸੁੱਖ ਹੋ ਜੂਗਾ, ਆਹ ਦੇਖ ਲੈ ਹੁਣ ਸਮਾਂ ਮੈਂ ਤਾਂ ਉਦੋਂ ਵੀ ਫਾਹੇ ਟੰਗ ਤੀ, ਚੱਲ ਪੁੱਤ ਤੂੰ ਬੈਠ ਚਾਹ ਪਾਣੀ ਬਣਾਉਣੀ, ਉਹ ਕੋਈ ਰਿਸ਼ਤੇਦਾਰ ਵੀ ਦੇਖ ਰਿਹਾ ਕੱਲ੍ਹ ਵੀ ਨਿੱਕਾ ਨਿਆਣਾ ਆਇਆ ਹੈ। ਅੱਛਾ
ਬਸ ਦੇਖਦੀ ਹੋ ਰਿਹਾ ਕਰਾਂ ਮੈਂ ਤਾਂ, ਕਦੇ ਨਿੱਕਾ ਨੈਣਾ ਆ ਗਿਆ, ਕਦੇ ਕੋਈ ਸਿਆਣਾ ਆ ਗਿਆ, ਸਲਾਹਾਂ ਤਾਂ ਆ ਕੇ ਤੂੰ ਦੇਵੇਂ ਮੈਨੂੰ, ਆ ਕੰਮ ਤੁਹਾਡਾ ਫੂਕਣਾ ਮੈਂ ਫੂਕਾਂ, ਨਾ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ, ਖੁੱਲੀਆਂ ਜਾਂ ਹੱਥ ਮਾਰਦੀ ਮੈਂ ਫਿਰਦੀ ਹਾਂ, ਤੂੰ ਮੈਂ ਡਾਕ ਜਾਊਂਗੇ ਤਾਂ ਕਦੇ ਅੱਡੇ 'ਤੇ ਪਾ ਗਿਆ, ਕਦੇ ਪੰਚਾਇਤੀ ਘਰ 'ਚ ਪਾ ਗਿਆ, ਕਦੇ ਤਾਸ ਖੇਡਣ ਲੱਗ ਗਿਆ, ਕਦੇ ਨੂੰਹ ਦਾ ਪੱਖ ਪੂਰ ਲਿਆ, ਕਦੇ ਪੁੱਤ ਦਾ ਪੂਰ ਲਿਆ। ਤੂੰ ਕਿੰਨੀ ਕੁ ਲਿੱਸੀ ਹੋ ਗਈ, ਕਿਵੇਂ ਤੜਫੀ ਜਾਂਦੀ ਆ ਹੈ, ਮੈਂ ਤੈਨੂੰ ਇੰਨੀ ਗੱਲ ਹੀ ਕਹੀ ਹੈ ਵੀ ਜਵਾਕ ਆਇਆ ਉਦੋਂ ਦਾ ਢੰਗ ਨਾਲ ਗੱਲ ਕਰ ਲਿਆ ਕਰ। ਇੱਥੇ ਤਾਂ ਆਉਂਦੇ ਹੀ ਰਹਿੰਦੇ ਨੇ, ਕਿਹਦੇ ਕਿਹਦੇ ਸਾਹਮਣੇ ਢੰਗ ਨਾਲ ਗੱਲ ਕਰਾਂ ਮੈਂ? ਉਹ ਜੇ ਆਪਣੇ ਰਿਸ਼ਤੇਦਾਰ ਨੇ ਤਾਂ ਹੀ ਆਉਂਦੇ ਨੇ, ਮੁੰਡਾ ਵਿਆਹ ਹੈ ਤਾਂ ਉਹਦੇ ਰਿਸ਼ਤੇਦਾਰ ਆਉਂਦੇ ਨੇ। ਮੁੰਡਾ ਤਾਂ ਵਿਆਹ ਹੈ ਮਰ ਕੇ ਹੂਰ ਪਰੀ ਲਿਆ ਕੇ ਦਿੱਤੀ ਮੈਨੂੰ, ਚੰਗੀ ਸਿਆਣੀ ਸੰਸਕਾਰਾਂ ਵਾਲੀ, ਕਦੇ ਟੁੱਕਦੀ ਬੁਰਕੀ ਉਹ ਨਹੀਂ ਪਕਾ ਕੇ ਖਵਾ ਕੇ ਜਾਂਦੀ ਹੈਗੀ, ਮੈਂ ਚੱਕੂ ਬੈਗੜਾ ਜਾਂ ਭੱਜ ਲੂ ਮੌਜਾਂ ਨਾਲ। ਉਹ ਕਮੀਆਂ ਤਾਂ ਸਾਰੀਆਂ ਤੇਰੇ 'ਚ ਆ, ਉਹ ਤਾਂ ਸਾਰੇ ਗੁਣ ਨੇ, ਚੰਗੀ ਜੋਬ ਕਰਦੀ ਹੈ, ਚੰਗਾ ਕੰਮ ਕਰਦੀ ਹੈ, ਪਟਵਾਰ ਲੱਗੀ ਹੋਈ ਆ, ਮਾੜੀ ਮੋਟੀ ਗੱਲ ਨਹੀਂ ਹੈ। ਬਸ ਸਿਰ 'ਤੇ ਚੱਕ ਕੇ ਨੱਚ ਲੈ ਪਟਵਾਰ ਨੂੰ, ਮੈਨੂੰ ਐਂ ਦੱਸ ਤਨਖਾਹ ਦੇ ਨਹੀਂ 4 ਰੁਪਏ ਘਰੇ ਲਿਆਉਂਦੇ ਹੋ ਕਿ ਫੂਕਾਂ ਮੈਂ ਇਹੋ ਜਿਹੀ ਪਟਵਾਰ ਨੂੰ? ਉਹ ਸਾਰਾ ਕੁਛ ਤੇਰੇ ਘਰੇ ਰੱਜੀ ਤੇ ਆਈ, ਤੂੰ ਤਾਂ ਐਂ ਕਰੀ ਜਾਂਦੇ ਮੈਨੂੰ, ਤੇਰੇ ਮੂਹਰੇ ਹੱਥ ਬੰਨੇ, ਆਪਦੀਆਂ ਸਲਾਹਾਂ ਆਪਦੇ ਕੋਲ ਰੱਖ ਲਿਆ ਕਰ। ਕੀ ਯਾਰ ਹੈ ਨਾ, ਇੰਨਾ ਵੀ ਬੰਦਾ ਦੁਖੀ ਨਾ ਹੋਵੇ, ਮੈਨੂੰ ਤਾਂ ਨਾ ਜੇ ਇਹਦਾ ਬਸ ਚੱਲੇ ਤਾਂ ਮਾਸੜ ਨੂੰ ਖਾ ਜੇ ਹੋਏ, ਪਤਾ ਨਹੀਂ ਕਿਵੇਂ ਕੱਢਦਾ ਉਹ ਮਾਸੜ ਵਿਚਾਰਾ ਇਹਦੇ ਨਾਲ, ਮੈਨੂੰ ਤਾਂ ਵਿਚਾਰੇ ਮਾਸੜ 'ਤੇ ਤਰਸ ਆਉਂਦਾ, ਕਿਵੇਂ ਕੱਟੇ ਹੋਣਗੇ ਇੰਨੇ ਸਾਲ ਯਾਰ ਇਹਨੇ ਇਹਦੇ ਨਾਲ। ਇਹ ਬੁਰਕਾ ਵੱਢਣ ਤੱਕ ਜਾਂਦੀ ਆ ਉਹ, ਕੀ ਯਾਰ ਜਿੱਤਾਂ ਤਾਂ ਅਸੀਂ ਫਸਾ ਤੀ ਉਰੇ ਵਿਆਹ ਕੇ, ਜੇ ਸੁੱਖ ਚੰਗਾ ਨਾ ਹੁੰਦਾ ਸਾਨੂੰ ਤਾਂ ਰੋਜ਼ ਇੱਥੇ ਟਾਟਾ ਸੂਮੋ ਭਰ ਕੇ ਆਉਣੀ ਪੈਂਦੀ 4 ਬੰਦੇ ਲੈ ਕੇ, ਪਤਾ ਨਹੀਂ ਕਹੀ ਜੇ ਜਿਹੜੇ ਹਿਸਾਬ ਨਾਲ ਇਹ ਮਾਸੜ ਨੂੰ ਪੈਣ ਲੱਗ ਰਹੀ ਹੈ, ਮੈਨੂੰ ਤਾਂ ਨਹੀਂ ਲੱਗਦਾ ਚਾਹ ਮਿਲੂਗੀ ਅੱਜ ਉਰੇ। ਇੱਕ ਸਾਡੇ ਵਾਲੀ ਕੁੜੀ ਜੀ ਪਤਾ ਨਹੀਂ ਕਦੋਂ ਆਊਗੀ ਉੱਥੇ, ਵੀ ਤੂੰ 2 ਘੰਟੇ ਪਹਿਲਾਂ ਅਜੇ ਛੁੱਟੀ ਲੈ ਕੇ। ਮਾਸੀ ਦੀ ਧੌਣ ਤਾਂ ਦੇਖ ਲਾ ਉਹ ਕਿੱਡੀ ਮੋਟੀ ਹੈ, ਜੇ ਬੰਦਾ ਬੁਰਕਾ ਵੱਡੇ ਵੱਡਿਆ ਤਾਂ ਨਹੀਂ ਜਾਣਾ। ਮੇਰੇ ਮੂਹਰੇ ਹੱਥ ਨਾ ਬੰਨ, ਚੱਲ ਚੁੱਪ ਕਰਕੇ ਚਾਹ ਦੀ ਘੁੱਟ ਬਣਾ ਲੈ, ਨਾਲੇ ਤੂੰ ਪੀ ਲਈ ਨਾਲੇ ਅਸੀਂ ਪੀ ਲਾਂਗੇ, ਆ ਜਾ ਪੀ ਲੈਨੇ ਬਣਾ ਲੈਨੀ ਆ, ਤੂੰ ਹੀ ਰੱਜ ਲਈ ਚਾਹ ਨਾਲ, ਮੇਰੇ ਵਾਰੀ ਤਾਂ ਨਾ ਸਿਆਪਾ ਮੁੱਕੀ ਹੁੰਦਾ ਸਾਰਾ ਕੁਛ ਤੁਹਾਡਾ। ਟੋਕਰਾ ਨਾ ਤੋੜ ਦੀ ਕਿਤੇ, ਹੁਣ ਇਹਦੇ ਗੁੱਸਾ ਲਾ ਲੈ ਸਾਰਾ। ਹਾਏ ਹਾਏ ਵੀ ਭਾਈ, ਮੈਂ ਤਾਂ ਨਾ ਮੁੱਕਦੇ ਨਹੀਂ ਕੰਮ ਧੰਦੇ, ਹੁਣ ਦੱਸ ਤੂੰ ਪੁੱਤ ਕਿਵੇਂ ਆਇਆ ਸੀ, ਪਤਾ ਨਾ ਸੋਤਾ ਨਾ ਫੋਨ ਨਾ ਸੁੱਖ ਸੁਨੇਹਾ, ਖੈਰ ਵੀ ਹੈ? ਹਾਂ ਮਾਸੀ ਖੈਰ ਹੀ ਹੈ, ਮੈਂ ਤਾਂ ਬਸ ਨਾ ਉਰੋਂ ਦੀ ਲੰਘਿਆ ਜਾਂਦਾ ਸੀ, ਮੈਂ ਆਖਿਆ ਚੱਲ ਤੁਹਾਨੂੰ ਐਂ ਪੁੱਛ ਲਈਏ ਵੀ, ਉਦੋਂ ਤੁਹਾਨੂੰ ਐਂ ਕਿਹਾ ਸੀ ਵੀ 1 ਮਹੀਨੇ ਤੱਕ ਚਲੋ ਜੀਤਾਂ ਨੂੰ ਸਮਾਨ ਦੇਵਾਂਗੇ ਹੁਣ, ਅਤੇ ਉਹ ਲੈ ਰਹੇ ਸੋਨੀ ਦੀ ਦੁਕਾਨ ਹੈ, ਮੁੰਡਾ ਆਪਣਾ ਮਿੱਤਰ ਹੈ ਉਹਦਿਓਂ, ਵੀ ਚਾਹੇ ਤੁਸੀਂ ਨਾਲ ਚੱਲ ਪਿਓ ਜਿਵੇਂ ਮਰਜ਼ੀ ਕਰ ਲਿਓ, 1 ਮਹੀਨੇ ਕੁ ਤੱਕ ਚਲੋ ਜਦੋਂ ਕਣਕ ਵੱਢ ਗਈ ਹੈ ਨਾ ਫਿਰ ਆਪਾਂ ਉਹ ਕਰ ਲਾਂਗੇ। ਅੱਛਾ ਸੂਲਾ ਜੀ ਮਾਰਨ ਆ ਗਿਆ ਜਾਣੀ ਕਿ? ਨਾ ਅਸੀਂ ਸੋਲਾ ਤਾਂ ਕਾਹਦੀ ਆ, ਊਂ ਵੀ ਚੱਲ ਮੈਂ ਕਿਹਾ ਚੱਲ ਨਾਲੇ ਮਿਲ ਜਾਂਗੇ ਜੀ। ਚੱਲ ਮਿਲ ਤਾਂ ਗਿਆ ਭਾਈ, ਵਧੀਆ, ਉਹ ਨੇੜੇ ਦੀ ਸਕੀਰੀ ਦਾ ਸੁੱਖ ਵੀ ਬਥੇਰਾ ਦੁੱਖ ਵੀ ਬਥੇਰਾ ਭਾਈ, ਦੇਖ ਲੰਘਦਾ ਮਰਦਾ ਅਗਲਾ ਖੜੇ ਜਾਂਦਾ ਹੈਗਾ। ਹਾਂਜੀ ਚੱਲ ਕੋਈ ਨਾ, ਮੈਂ ਤਾਂ ਐਂ ਕਹਿੰਦੀ ਸੀ ਸਮਾਨ ਤਾਂ ਸੁੱਖ ਨਾਲ ਸਾਡੇ ਘਰੇ ਹੀ ਬਥੇਰਾ, ਕੋਠੀ 'ਚ ਸਟਾਫ ਦਾ ਹੀ ਫਿੱਟ ਕਰਾ ਲਿਆ, ਤੁਸੀਂ ਜਿਹੜਾ ਦੇਣਾ ਹੈ 5-7 ਲੱਖ ਰੁਪਈਏ ਹੀ ਦੇ ਦਿਓ। 5-7 ਲੱਖ ਮਾਸੀ, ਹੁਣ ਤੈਨੂੰ ਵੀ ਪਤਾ ਹੈ ਪੁੱਤ ਮਹਿੰਗਾਈ ਦੇਖ ਕਿੱਥੇ ਉਹ ਸਮਾਨ ਨੂੰ ਸੂੰਹਦੀ ਹੈ, 60-70 ਹਜ਼ਾਰ ਦੇ ਤਾਂ ਇਕੱਲੇ ਬੈੱਡ ਆਉਂਦੇ ਨੇ, 30-30 ਹਜ਼ਾਰ ਦੇ ਉੱਤੇ ਗੱਦੇ ਆਉਂਦੇ ਨੇ, 1 ਲੱਖ ਰੁਪਈਏ ਦਾ ਸੋਫਾ ਸੈੱਟ ਆਉਂਦਾ, ਬਸ ਉੱਥੇ ਜਾ ਰਹੂ ਪੁੱਤ ਹੈਂ,
ਸਮਾਨ ਅਸੀਂ ਆਪਦੇ ਪਸੰਦ ਦਾ ਆਪ ਹੀ ਲਿਆਵਾਂਗੇ, ਤੂੰ ਉਹੀ ਬਸ ਜਿਹੜਾ ਦੇਣਾ 5-7 ਲੱਖ ਰੁਪਈਆ ਦੇ ਦੀ। ਨਾ ਕੋਈ ਨਾ ਜੀ, ਚੱਲ ਕੋਈ ਨਾ, ਐਂ ਕਰ ਤੂੰ ਬਹਿ ਜਾ ਉਰੇ, ਹੈ ਮੈਂ ਮਾੜਾ ਜਿਹਾ ਕੋਠੀ 'ਚ ਗੇੜਾ ਮਾਰਿਆ ਵਾਂ, ਦੇਖ ਆਵਾਂ ਉੱਥੇ। ਕੋਠੀ ਤੂੰ ਹੁਣ ਕੀ ਲੈਣ ਜਾਏਗੀ, ਮੈਂ ਜਿੰਦਾ ਲਾ ਕੇ ਤਾਂ ਆਇਆ ਉੱਥੋਂ। ਤੈਨੂੰ ਕੀ ਪਤਾ, ਤੂੰ ਤਾਂ ਜਿੰਦਾ ਲਾ ਕੇ ਮੂੰਹ 'ਚ ਕੇ ਤੁਰ ਪੈਣਾ, ਕੀ ਪਤਾ ਪਾ ਉਹ ਉੱਤੋਂ ਪੌੜੀ ਵਾਲਾ ਗੇਟ ਲਾਇਆ ਕਿ ਨਾ ਲਾਇਆ, ਮੈਂ ਅਗਲੇ ਪਾਸੇ ਗੇਟ ਲਾ ਕੇ ਆਇਆ ਕਿ ਨਾ ਲਾ ਕੇ ਆਇਆਗਾ। ਜਾ ਉੱਥੇ ਪਈ ਆ ਚਾਬੀ, ਲੈ ਜਾ। ਮਸੜਾ ਕਹੇਗਾ ਤਾਂ ਕੀ ਝੇੜ ਕਰਦਾ ਹੈ, ਹੂੰ ਤੂੰ ਤਕੜਾ ਵਾ ਗਿਆ ਬਈ ਜਿਹੜਾ ਮਾਸੀ ਨਾਲ ਕੱਟ ਗਿਆ। ਉਹ ਤਕੜਾ ਮੈਂ ਤਾਂ ਲੌਂਗੋ ਵਾਲੇ ਸਾਧ ਮੰਗੂ ਨਾ ਟਿੱਟ ਕਰਕੇ ਸਮਝਦਾ, ਉੱਤੋਂ ਦੀ ਟਪਾਈ ਨਾ ਕਨਵੇ ਦੀ ਪਾ ਲਈ ਇੱਧਰ ਦੀ ਕੱਟਤੀ ਹੈ ਨਾ, ਜੇ ਤੈਨੂੰ ਤਾਂ ਹੁਣ ਥਾਂ ਪਾ ਗਈ ਨਾ, ਹੁਣ ਦੋ ਜਾਣਿਆਂ ਨਾਲ ਹੋਰ ਲੜ ਕੇ ਆਊ ਉੱਥੇ, ਫਿਰ ਸਾਡੇ ਤੇ ਰੋਹ ਮਾਰੂ ਆ ਕੇ। ਇਹੋ ਜੀ ਐਂ ਮਸੜਾ ਔਖਾ ਹੈ ਨਾ, ਹੈਂ ਇਹਦਾ ਤੂੰ ਤਕੜਾ ਦੀ ਬਈ, ਜੇ ਮਸੜਾ ਇਹਦੇ ਨਾਲ ਦੀ ਕਿਤੇ ਮਾਸੀ ਨਾਲ ਦੀ ਲਾ ਲੈ ਤੂੰ ਜੀਤਾਂ ਦੀ ਭਰਜਾਈ ਹੁੰਦੀ, ਮੈਂ ਤਾਂ ਅੱਜ ਨੂੰ ਮਰ ਮੁਰ ਜਾਂਦਾ ਕਹੂੰ। ਮੇਰੀ ਗੱਲ ਸੁਣ ਕੜਮੇਟਿਆ, ਤੂੰ ਤਕੜਾ ਕਹਿੰਦਾ ਨਾ ਮੈਨੂੰ, ਤੇ ਜੇ ਮੈਂ ਛੱਡ ਕੇ ਵਗ ਜਾਂਦਾ ਨਾ, ਉਹ ਲੋਕ ਕਹਿੰਦੇ ਪੂਛ ਦਬਾ ਕੇ ਉੱਡ ਗਿਆ, ਹੁਣ ਮੈਂ ਇਹਦਾ ਮੁਕਾਬਲਾ ਕਰਦਾ ਪੂਰਾ। ਨਾ ਸਹੀ ਗੱਲ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਵੇਲੇ ਹੀ ਨੇ, ਤੀਜੇ ਇੱਕ ਦਿਨ ਚੱਕਿਆ ਬੂਥਾ ਆਵੜੇ ਕਰੇ, ਚੱਕਿਆ ਬੂਥਾ ਆਵੜੇ ਕਰੇ, ਇੱਧਰ ਲੰਘੇ ਤਾਂ ਆ ਗਏ, ਇੱਧਰ ਲੰਘੇ ਤਾਂ ਆ ਗਏ, ਮਾੜਾ ਮੋਟਾ ਅਗਲਾ ਸੰਗ ਸਰਮ ਵੀ ਮੰਨ ਲੈਂਦਾ, ਧੀ ਦੇ ਘਰੇ ਜਾਂਦੇ, ਇਹਨਾਂ ਤਾਂ ਬਾਈ ਜਮੀ ਲਾ ਤੀ, ਹਲੇ ਆ ਕੇ ਸੁੱਕੀ ਸੁਲਾਮ ਮਾਰਦਾ, ਅਕੇ ਸੋਫੇ ਬੈੱਡ ਦੇਣੇ ਨੇ ਅਸੀਂ, ਸਮਾਨ ਦੇਣਾ, ਆਹ ਦੇ ਲੈ ਫਿਰ, ਨਿਕਲ ਗਈ ਨਾ ਹਵਾ, ਮੈਨੂੰ ਵੀ ਰਾਣੀ ਕਹਿੰਦੇ ਨੇ, ਮੈਨੂੰ ਟਿਚਰਾਂ ਕਰਦਾ, ਤੇਰੇ ਵਰਗੇ ਤਾਂ ਮੈਂ ਐਂ ਮਾਸਲ ਦਿੰਦੀ ਹੁੰਦੀ ਹਾਂ, ਸਾਲਾ ਬਣਿਆ ਸਮਾਨ ਦਾ। ਲੈ ਚੱਲ ਆ ਜਾ। ਆ ਕਿੱਥੇ ਲੈ? ਓਏ ਆ ਜਾ, ਇਹੀ ਤਾਂ ਸਰਪ੍ਰਾਈਜ਼ ਆ ਅੱਜ ਤੇਰਾ। ਆ ਸਰਪ੍ਰਾਈਜ਼? ਕਮਾਲ ਦੀ ਗੱਲ ਹੈ, ਕਿੱਥੇ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ, ਕਿੱਥੇ ਤੈਨੇ ਮੂੰਹ ਬਣਾ ਲਿਆ ਦੇਖ ਕੇ। ਉਹ ਮੇਰੀ ਸਲਾਹ ਹੈ ਵੀ ਆਪਾਂ ਗੱਡੀ ਲੈ ਲਈਏ, ਕਿੰਨਾ ਕੁ ਟਾਈਮ ਤੂੰ ਬੱਸਾਂ 'ਚ ਧੱਕੇ ਖਾਈ ਜਾਏਗੀ, ਨਾਲੇ ਮੈਂ ਮੋਟਰਸਾਈਕਲ 'ਤੇ ਫਿਰੀ ਜਾਊਂਗਾ, ਹੁਣ ਬੇਬੇ ਬਾਪੂ ਬਜ਼ੁਰਗ ਨੇ, ਮੈਂ ਸੋਚਿਆ ਵੀ ਚੱਲ ਆਪਾਂ ਗੱਡੀ ਲੈ ਲੈਂਦੇ ਹਾਂ। ਅਜੇ ਹੁਣ ਤਾਂ ਬੁਲਟ ਲਿਆ ਆਪਾਂ। ਉਹ ਫਿਰ ਕੀ ਹੋ ਗਿਆ ਬੁਲਟ ਲਿਆ, ਜੇ ਗੱਡੀ ਬਿਨਾਂ ਸਰਦਾ ਨਹੀਂ ਹੈਗਾ, ਆਇਆ ਮੈਂ ਤੈਨੂੰ ਗੱਡੀ ਦਿਖਾਉਣਾ, ਮੈਂ ਬੇਬੇ ਹੋਰ ਨੂੰ ਵੀ ਦੱਸਿਆ ਹੈਗਾ ਹਾਲੇ। ਆ ਜਾ ਤੂੰ ਆ ਜਾ, ਊਂ ਇੰਨਾ ਟੈਨਸ਼ਨ ਲਈ ਜਾ ਬਾਈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਹੋ ਵੀਰੇ? ਬਾਈ ਗੱਡੀ ਦੇਖਣੀ ਸੀ। ਦੱਸੋ ਬਾਈ ਕਿਹੜੀ ਦੇਖਣੀ ਹੈ? ਆਪਣੇ ਕੋਲ i20 ਹੈਗੀ ਹੈ ਵੀਰੇ, ਹੈ ਨਾ? ਹਾਂ ਬਾਈ, i20 ਖੜੀ ਹੈ। ਅਤੇ ਕਿੰਨਾ ਮਾਡਲ ਹੈ ਵੀਰੇ? ਇਹ 17 ਬਾਈ। ਅੱਛਾ, ਆਪਣਾ ਬਜਟ ਨਾ ਵੀਰੇ 3.5-4 ਲੱਖ ਰੁਪਏ ਹੈ। ਠੀਕ ਹੈ ਬਾਈ, ਉਹੋ ਜਿਹੇ ਬਜਟ ਦੀ ਗੱਡੀ ਦਿਖਾ ਦਿਓ ਵੀਰੇ। ਸਵਿਫਟ ਵੀ ਖੜੀ ਹੈ ਬਾਈ ਇੰਨੇ 'ਚ, ਅਤੇ ਉਹ i20 ਵੀ ਖੜੀ ਹੈਗੀ ਅੰਦਰਾਂ 'ਚ ਬਾਈ ਇੰਨੇ 'ਚ। ਆਹ ਸਵਿਫਟ ਹੈ ਬਾਈ, ਇਹ ਹੈਗੀ ਹੈ ਬਾਈ 13 ਮਾਡਲ ਹੈ। ਅੱਛਾ ਜੀ, ਇਹ ਕਿੰਨੇ ਦੀ ਬਣ ਜੂਗੀ ਆਪਾਂ ਨੂੰ? ਇਹ ਬਣੂਗੀ ਬਾਈ ਤੁਹਾਨੂੰ 3.5 ਦੀ। ਅੱਛਾ ਜੀ, ਉਹ i20 ਕਿੰਨੇ ਦੀ ਹੈ ਜੀ, ਕਿਹੜਾ ਮਾਡਲ ਹੈ? ਇਹ 15 ਹੈ ਬਾਈ i20। ਇਹ ਕਿੰਨੇ ਦੀ ਬਣ ਜੂਗੀ ਜੀ? ਇਹ ਬਣੂਗੀ ਬਾਈ ਤੁਹਾਨੂੰ 4 ਡੇਢ ਗੇੜ 'ਚ। ਲੋਨ ਕਰਾ ਦਿੰਦੇ ਜੀ? ਹਾਂ ਬਾਈ, ਹੋ ਜੂ ਲੋਨ ਵੀ। ਅੱਛਾ, ਚਲੋ ਜੀ, ਸਲਾਹ ਕਰ ਲੈਂਦੇ ਵੀਰੇ ਨਾ ਜੀ। ਠੀਕ ਹੈ ਬਾਈ, ਦੇਖ ਲਓ ਕੇ ਦੱਸ ਦੇ। ਲੋਨ ਕਿੰਨੇ ਕੁ ਪਰਸੈਂਟ ਹੋ ਜਾਂਦਾ ਵੀਰੇ? ਲੋਨ ਬਾਈ ਇੱਥੇ ਆਪਾਂ 70-80% ਤੱਕ ਕਰਾ ਕੇ ਦੇ ਦਾਂਗੇ। ਅੱਛਾ, ਕਰਵਾ ਦੋਗੇ ਜੀ ਤੁਸੀਂ? ਕਰਵਾ ਦਾਂਗੇ ਬਾਈ, ਕਰਵਾ ਦਾਂਗੇ। ਚਲੋ ਅਸੀਂ ਦੇਖ ਲੈਂਦੇ ਵੀਰੇ ਫਿਰ ਨਾ ਜੀ। ਠੀਕ ਹੈ ਬਾਈ।
ਕੀ ਹੋ ਗਿਆ ਹੋਣਾ? ਨਹੀਂ ਹੁਣ ਤਾਂ ਆਪਾਂ ਬੁਲਟ ਲਿਆ, ਉਹ ਵੀ ਸੈਲਰੀ ਸਲਿੱਪਾਂ ਦੇ ਉੱਪਰ, ਠੀਕ ਆ, ਉਹ ਵੀ ਲੋਨ ਤੇ, ਹੁਣ ਗੱਡੀ ਦਾ ਜੱਬ ਖੜਾ ਕਰ ਲਿਆ ਤੁਸੀਂ। ਉਹ ਫੇਰ ਕੀ ਹੋ ਗਿਆ, ਜੱਬ ਖੜਾ ਕਰਨ ਵਾਲੀ ਕੀ ਗੱਲ ਹੈ, ਦੋ ਪੈਸੇ ਹੈਗੇ ਨੇ, ਚੱਲ ਹੌਲੀ ਹੌਲੀ ਉੱਤਰ ਜਾਣਗੇ। ਆਪਾਂ ਨੂੰ 10 ਦਿਨ ਵੀ ਨਹੀਂ ਹੋਏ ਬੁਲਟ ਕਢਾਈ ਨੂੰ, ਹੁਣ ਗੱਡੀ ਦੇ ਪੈਸੇ ਕਿੱਥੋਂ ਕਰਾਂਗੇ? ਉਹ ਫੇਰ ਕੀ ਹੋ ਗਿਆ, ਮੈਂ ਪਤਾ ਕਿਉਂ ਕਹਿਣਾ, ਮੈਨੂੰ ਇਹ ਹੈ ਵੀ ਚੱਲ ਬੇਬੇ ਦਾ ਦਿਮਾਗ ਠੰਡਾ ਰਹਿਣ ਲੱਗ ਜੂਗਾ, ਉਹਨੂੰ ਇਹੋ ਜਿਹੀ ਵੀ ਘਰੇ ਗੱਡੀ ਖੜੀ ਆ, ਨਾਲੇ ਤੇਰੇ ਨਾਲ ਲੜਨੋਂ ਹਟ ਜੂਗੀ ਉਹ। ਇੰਨੀ ਕਿੰਨੀ ਕੁ ਆਪਣੇ ਘਰੇ ਆਉਂਦੀ ਆ ਤਨਖਾਹ ਜਿਹੜੀ, ਆਪਾਂ ਇੱਕਦਮ ਇੰਨਾ ਕੁਛ ਲੈ ਰਹੇ? ਉਹ ਕੋਈ ਨਹੀਂ ਕਰ ਲਾਂਗੇ, ਉਹਨੇ ਕਿਹਾ ਤਾਂ ਹੈਗਾ ਵੀ 70-80% ਲੋਨ ਹੋ ਜਾਂਦਾ ਯਾਰ, ਕਿੰਨੀ ਕੁ ਕਿਸ਼ਤ ਹੋਊਗੀ, 5-7 ਹਜ਼ਾਰ ਕਿਸ਼ਤ ਹੋਊਗੀ, ਦੇ ਦਿਆ ਕਰਾਂਗੇ ਆਪਾਂ। ਥੋੜ੍ਹਾ ਟਾਈਮ ਤਾਂ ਰੁਕ ਜੂ। ਉਹ ਚੱਲ ਤੂੰ ਕੋਈ ਨਾ ਉਹ ਆਪਦਾ ਦਿਮਾਗ ਨਾ ਲਾ, ਆਪਾਂ ਘਰੇ ਜਾ ਕੇ ਬੈਠ ਕੇ ਸਲਾਹ ਕਰ ਲਾਂ ਬੇਬੇ ਹੋਰਾਂ ਨਾਲ, ਜਿਵੇਂ ਆਪਾਂ ਬਣਿਆ ਆਪਾਂ ਕਰ ਲਾਂਗੇ, ਊਂ ਕਿਉਂ ਟੈਨਸ਼ਨ ਲਈ ਜਾਂਦੀ ਤੂੰ? ਪਰ ਮੇਰੀ ਤਾਂ ਨਾ ਹੀ ਆ, ਇਹ ਸਰਪ੍ਰਾਈਜ਼ ਸੀਗਾ ਤੁਹਾਡਾ, ਹਰ ਵਾਰੀ ਕਰਜ਼ਾ ਸਿਰ ਚੜਾਉਣ ਵਾਲਾ ਤਾਂ ਸਰਪ੍ਰਾਈਜ਼ ਹੁੰਦਾ ਤੁਹਾਡਾ। ਉਹ ਯਾਰ ਕਰਜ਼ੇ ਵਾਲੀ ਕੀ ਗੱਲ ਆ, ਮੈਂ ਤਾਂ ਇਹਦੀ ਵੀ ਤੂੰ ਖੁਸ਼ ਹੋਵੇਂਗੀ, ਉਲਟਾ ਤੂੰ ਮੱਥੇ ਤੇਉੜੀ ਪਾ ਕੇ ਖੜ ਗਈ ਯਾਰ। ਹੁੰਦਾ ਉਹਨੂੰ ਪੁੱਛਿਆ ਕਰੋ। ਉਹ ਬੋਝ ਵਾਲੀ ਕੀ ਗੱਲ ਆ, ਆਪਾਂ ਦੋਨੇ ਜਾਣੇ ਲਾ ਦਾਂਗੇ ਯਾਰ, ਜਿਹੜੇ ਲਾਉਣੇ ਨੇ ਪਹਿਲਾਂ ਜਿੰਮੇ ਲਈ ਲਈ ਬਹੁਤ ਲਾ ਤੇ, ਜਿਹੜੇ ਹੁਣ ਲਾਉਂਗੇ। ਚਲੋ ਘਰੇ ਚੱਲਦੇ ਆ। ਮੈਂ ਲਾਇਆ ਸਾਹਿਬ ਤੂੰ ਗਾਲਾਂ ਦੀ ਕਾਬਲ ਹੈ, ਤਾਂ ਹੀ ਬੇਬੇ ਤੈਨੂੰ ਸਾਰਾ ਦਿਨ ਬੋਲਦੀ ਹੈ, ਉੱਤੋਂ ਬਸ ਰਹਿਣ ਦੇ ਯਾਰ। ਅੱਗੇ ਬੇਬੇ ਮੈਨੂੰ ਕਹਿੰਦੇ ਆ, ਅੱਜ ਗੇਟ ਵੀ ਖੁੱਲ੍ਹੇ ਹੀ ਛੱਡਤਾ, ਅੱਜ ਨਹੀਂ ਪਤਾ ਲੱਗ। ਇੰਨੀ ਸ਼ਾਂਤੀ ਕਰੇ, ਹੇ ਪਰਮਾਤਮਾ ਖੈਰ ਹੀ ਹੋਵੇ, ਮੈਂ ਤਾਂ ਪਹਿਲਾਂ ਹੀ ਬਹੁਤ ਔਖੀ ਹਾਂ, ਅਸੀਂ ਜਾਵਾਂਗੇ ਨਾ, ਡਰ ਜਿਹਾ ਲੱਗੀ ਜਾਂਦਾ, ਵਾਹਿਗੁਰੂ। ਟਾਈਮ ਵੀ ਬਾਹਲਾ ਹੋ ਗਿਆ ਮਾਸੜ ਜੀ, ਹਾਲੇ ਤੱਕ ਜੀਤਾ ਨਹੀਂ ਆਈ, ਸੁਸਤੀ ਜਾ ਗਈ। ਆ ਤਾਂ ਗਈ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਕਿਵੇਂ? ਮੈਂ ਤਾਂ ਠੀਕ ਹਾਂ, ਚਾਹ ਪਾਣੀ ਪੀਤਾ? ਚਾਹ ਪਾਣੀ ਤਾਂ ਪੀ ਲੈ ਪੁੱਤ, ਤੂੰ ਲੇਟ ਹੋ ਗਈ ਬਸ। ਜੇ ਤੂੰ ਬਿੰਦਕ ਪਹਿਲਾਂ ਆ ਜੀ ਨਾ, ਉਹ ਜਿਹੜੇ ਦੋ ਗਲਾਸ ਨੇ ਆਪਾਂ ਤਿੰਨੇ ਸਿੰਦ ਕਰ ਲੈਂਦੇ। ਮੈਂ ਸਮਝੀ ਨਹੀਂ ਬਾਪੂ ਜੀ, ਬਸ ਤੈਨੂੰ ਸਮਝਣ ਦੀ ਹੁਣ ਬਾਲੀ ਕੀ ਲੋੜ ਹੈ, ਤੈਨੂੰ ਤਾਂ ਵੀ ਪੀ ਲਈ ਅਸੀਂ ਵਧੀਆ ਤਾਂ। ਪੀ ਲਈ ਚਾਹ ਦਾ, ਮਿੱਠਾ ਥੋੜਾ ਜਿਹਾ ਵੱਧ ਸੀ। ਚੱਲ ਕੋਈ ਨਹੀਂ, ਮੈਂ ਬਣਾਤਾ। ਹੱਦ ਹੋ ਗਈ ਹੈ, ਉਹਨੂੰ ਤਾਂ ਪਤਾ ਰੋਜ਼ ਵੀ ਮਿੱਠਾ ਤਾਂ ਵੱਧ ਹੀ ਪੈਂਦਾ ਚਾਹ 'ਚ। ਕੋਈ ਨਹੀਂ, ਨਾ ਬਸ ਤੂੰ ਕਿੱਦਾਂ ਲੇਟ ਹੋ ਗਈ ਅੱਜ? ਬੱਸ ਵਾਲੇ ਨੇ ਲੇਟ ਕਰਤਾ ਸੀਗਾ, ਤਾਂ ਕਰਕੇ ਬੱਸ ਬਹੁਤ ਲੇਟ ਆਈ ਆ। ਉਹ ਨਹੀਂ ਛੱਡ ਕੇ ਜਾਂਦਾ ਉਹਨੂੰ ਤੇਰੇ ਡਰਾਈਵਰ ਜਾ? ਅੱਜ ਉਹ ਆਇਆ ਨਹੀਂ, ਛੁੱਟੀ 'ਤੇ ਉਹਦੇ ਘਰੇ ਕੋਈ ਬਿਮਾਰ ਆ। ਅੱਛਾ, ਚੱਲ ਵਧੀਆ। ਮੈਂ ਡੀਕਦੇ ਦੀਆਂ ਅੱਖਾਂ ਪੱਕ ਗਈਆਂ, ਮੈਂ ਜਾਣਾ ਸੀ ਫਿਰ। ਘਰੇ ਠੀਕ ਆ ਮੰਮੀ ਹੁਣੀ ਸਾਰੇ? ਵਧੀਆ ਠੀਕ ਨੇ। ਮੈਂ ਜਾਣਾ ਸੀ ਫਿਰ, ਮੈਂ ਤੇ ਮਾਸੜ ਨੇ ਕਰੀ ਸੀ ਸਲਾਹ, ਮੈਂ ਮਾਸੜ ਨਾਲ ਕਰੀ ਸੀ ਗੱਲ ਹੁਣ। ਕਾਹਦੀ ਗੱਲ? ਸਲਾਹ ਸੀ ਤਾਂ ਪੁੱਤ ਕਰ ਲਈ ਪੈਸਿਆਂ ਵਾਲੀ। ਅੱਛਾ, ਹੁਣ ਤੀਰੀ ਨਾ ਕਰ ਲਈ ਸਲਾਹ ਜਿਹੜੀ, ਉਹ ਫਿਰ ਜ਼ਿਆਦਾ ਠੀਕ ਹੈ। ਕੋਈ ਗੱਲ ਨਹੀਂ, ਅਸੀਂ ਤਾਂ ਇਹ ਸੋਚਿਆ ਮੈਂ ਤੇ ਮਾਸੜ ਜੀ ਨੇ, ਹਾਂ, ਵੀ ਮਾਸੀ ਨੂੰ ਦੱਸਦੇ ਨਹੀਂ ਹੈਗੇ, ਤੈਨੂੰ ਸੁੱਖ ਨੂੰ ਤੇ ਬਸ ਮਾਸੜ ਨੂੰ ਪਤਾ ਹੈ। ਮਾਸੜ ਕਹਿੰਦਾ ਵੀ ਮਾਸੀ ਨੂੰ ਤੇਰੀ ਨੂੰ ਦੱਸਾਂਗੇ, ਉਹ ਐਵੇਂ ਬਵਾਲ ਕਰੂਗੀ ਫਿਰ। ਪਰ ਬਾਪੂ ਜੀ, ਆਪਾਂ ਬਿਨਾਂ ਦੱਸੇ ਕਿਵੇਂ ਦੇ ਸਕਦੇ ਹਾਂ ਪੈਸੇ? ਤੇਰੀ ਗੱਲ ਤਾਂ ਪੁੱਤ ਠੀਕ ਹੈ, ਵੀ ਬਿਨਾਂ ਦੱਸੇ ਕਿਵੇਂ ਪੈਸੇ ਦੇ ਸਕਦੇ ਹਾਂ, ਅਤੇ ਤੇਰਾ ਖਿਆਲ ਹੈ ਦੱਸੇ ਤੂੰ ਉਹ ਦੇਣ ਦੇ ਦੂਗੀ? ਪਰ ਬਾਪੂ ਜੀ, ਜੇ ਬਾਅਦ 'ਚ ਪਤਾ ਲੱਗੇਗਾ ਤੁਹਾਨੂੰ ਪਤਾ ਹੀ ਆ ਫਿਰ ਕੀ ਹੋਊਗਾ? ਉਹ ਤਾਂ ਆਪਣੇ ਨਾਲ ਰੋਜ਼ ਹੀ ਹੁੰਦਾ ਕੰਜਰ ਕਲੇਸ਼, ਇੱਧਰ ਦਾ ਕੰਮ ਸਰ ਦਿਓ ਨਾ। ਬਾਪੂ ਜੀ, ਮੈਂ ਮੰਨਦੀ ਹਾਂ ਤੁਹਾਡੀ ਗੱਲ, ਮੈਂ ਆਪਣੇ ਭਰਾ ਨੂੰ ਪੈਸੇ ਦੇਣ ਤੋਂ ਮਨਾ ਨਹੀਂ ਕਰਦੀ, ਪਰ ਜਦੋਂ ਇਹ ਗੱਲ ਬੇਬੇ ਨੂੰ ਪਤਾ ਲੱਗੀ, ਉਹਨੇ ਇਹ ਕਹਿਣਾ, ਉਹਨੇ ਇਹ ਨਹੀਂ ਕਹਿਣਾ ਵੀ ਇੱਕ ਵਾਰ ਪੈਸੇ ਦਿੱਤੇ ਆ, ਉਹਨੇ ਕਹਿਣਾ ਜਿਸ ਦਿਨ ਦੀ ਵਿਆਹੀ ਆਈ ਪਤਾ ਨਹੀਂ ਕਿੰਨਾ ਕੁ ਕੁਛ ਖਵਾਤਾ ਆਪਦੇ ਪੇਕਿਆਂ ਨੂੰ।
ਪੁੱਤ ਸੱਚ ਉੱਥੇ ਬੋਲੀ ਦਾ ਹੁੰਦਾ ਜਿੱਥੇ ਸੱਚ ਬਰਦਾਸ਼ਤ ਹੋਵੇ। ਜਿੱਥੇ ਸੱਚ ਨਾ ਬਰਦਾਸ਼ਤ ਹੋਵੇ ਉੱਥੇ ਝੂਠ ਬੋਲਣਾ ਪੈਂਦਾ ਆਪਣਿਆਂ ਪਿੱਛੇ ਝੂਠ। ਜੇ ਕੋਈ ਚੰਗੀ ਗੱਲ ਆਪਾਂ ਝੂਠ ਬੋਲਦੇ ਚੰਗਾ ਕੰਮ ਕਰ ਦਈਏ ਤਾਂ ਕੋਈ ਮਾੜਾ ਨਹੀਂ, ਉੱਥੇ ਜੇ ਕੋਈ ਚੰਗੇ ਕੰਮ ਲਈ ਝੂਠ ਬੋਲਿਆ ਜਾਵੇ ਉਹ ਝੂਠ ਝੂਠ ਨਹੀਂ ਹੁੰਦਾ। ਮੰਨਦੀ ਹਾਂ ਬਾਪੂ ਜੀ, ਪਰ ਜੇ ਆਪਾਂ ਦੱਸ ਕੇ ਦੇਵਾਂਗੇ ਨਾ ਤਾਂ ਆਪਣੇ ਘਰ ਥੋੜ੍ਹਾ ਕਲੇਸ਼ ਪਊਗਾ, ਅਤੇ ਜੇ ਬਿਨਾਂ ਦੱਸੇ ਦੇ 'ਤੇ ਹੋਰ ਵੀ ਇਲਜ਼ਾਮ ਲੱਗਣੇ ਆ, ਉਹ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਬੀਬੀ ਕਿੰਨਾ ਕਲੇਸ਼ ਕਰਦੀ ਨਿੱਕੀ ਨਿੱਕੀ ਗੱਲ ਤੋਂ, ਇਹ ਤਾਂ ਫਿਰ ਵੀ ਪੈਸਿਆਂ ਦਾ ਮਾਮਲਾ। ਪੁੱਤ ਹਾਸੜ ਜੀ ਕੋਈ ਗੱਲ ਨਹੀਂ, ਜਿੱਤਾਂ ਦੀ ਗੱਲ ਵੀ ਠੀਕ ਹੈ, ਮੈਂ ਨਹੀਂ ਚਾਹੁੰਦਾ ਵੀ ਥੋੜ੍ਹੀ ਜਿਹੀ ਗੱਲ ਪਿੱਛੇ ਤੁਹਾਡੇ ਘਰ ਕਲੇਸ਼ ਹੋਵੇ ਅਤੇ ਨਾਲੇ ਜਿੱਤਾਂ ਨਾਲ ਕਲੇਸ਼ ਹੋਵੇ। ਪੈਸਿਆਂ ਦੇ ਕੀ ਹੈ, ਪੈਸੇ ਤਾਂ ਮੈਂ ਕਿਸੇ ਹੋਰ ਤੋਂ ਵੀ ਪੁੱਛਣਾ। ਨਹੀਂ ਵੀਰੇ, ਅਸੀਂ ਤੈਨੂੰ ਮਨਾ ਥੋੜ੍ਹਾ ਕੀਤਾ। ਗੱਲ ਮਨਾ ਦੀ ਨਹੀਂ ਹੈਗੀ ਜਿੱਤਾਂ, ਮੈਂ ਤੇਰੀ ਗੱਲ ਸਮਝਦਾ, ਮੈਂ ਤੇਰੀਆਂ ਸਾਰੀਆਂ ਗੱਲਾਂ ਸਮਝਦਾ, ਤੂੰ ਮੈਨੂੰ ਮਨਾ ਥੋੜ੍ਹੀ ਕਰ ਰਹੀ ਹੈ। ਤੂੰ ਤਾਂ ਇੱਕ ਉਸ ਡਰ ਤੋਂ ਡਰ ਰਹੀ ਹੈ ਜਿਹੜਾ ਪਹਿਲਾਂ ਵੀ ਹੋ ਚੁੱਕਿਆ ਕਈ ਵਾਰੀ, ਠੀਕ ਹੈ। ਤੇਰੀ ਗੱਲ ਵੀ ਸਹੀ ਹੈ, ਜਾਂ ਤਾਂ ਮਾਸੀ ਨਾਲ ਗੱਲ ਕਰਕੇ ਪੈਸੇ ਦਿਓ ਅਤੇ ਜਾਂ ਫਿਰ ਕੋਈ ਗੱਲ ਨਹੀਂ, ਮੈਂ ਹਾਲੇ ਕਿਤੇ ਹੋਰ ਕਰ। ਨਹੀਂ ਤਾਂ ਮੇਰੀ ਗੱਲ ਸੁਣੋ ਤੁਸੀਂ, ਹੁਣ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਈ ਨੂੰ? ਉਹਨਾਂ ਤੈਨੂੰ ਭੇਤ ਨਹੀਂ, ਉਹਨੂੰ ਤਾਂ ਬਹੁਤ ਸਾਲ ਹੋ ਗਏ ਆਈ ਨੂੰ। ਉਹ ਤਾਂ ਗੱਲ ਸੁਣ, ਮੈਨੂੰ ਉਹਦਾ ਬਹੁਤ ਜ਼ਿਆਦਾ ਭੇਤ ਹੈ, ਸਾਡੇ ਤਾਂ ਨਾ ਹੁਣ ਸਿੰਘ ਵੀ ਗੋਲ ਹੋ ਗਏ ਭਿੜਦਿਆਂ ਦੇ। ਹੈਂ, ਤੇਰੇ ਹੱਥ 'ਚ ਪੈਸੇ ਹੈਗੇ ਕਿ ਪੁੱਤ ਤੂੰ ਚੁੱਪ ਕਰਕੇ, ਤੇਰਾ ਭਾਈ ਆਇਆ ਇਹਦਾ ਕੰਮ ਸਾਰਾ, ਬਾਕੀ ਦਾ ਕੰਮ ਤੂੰ ਸਾਰਾ ਮੇਰੇ 'ਤੇ ਛੱਡ। ਬਾਪੂ ਜੀ ਮੇਰਾ ਦਿਲ ਤਾਂ ਨਹੀਂ ਮੰਨਦਾ ਬਿਨਾਂ ਦੱਸੇ ਪੈਸੇ ਦੇਣ ਨੂੰ, ਪਰ ਕੋਈ ਨਾ ਵੀਰੇ, ਤੇਰੇ ਲਈ ਇਹ ਰਿਸਕ ਵੀ ਲਾਈ ਲੈਂਦੇ ਹਾਂ, ਬਾਅਦ 'ਚ ਦੇਖ ਲਾਂਗੇ ਕੀ ਬਣਦਾ। ਮੈਂ ਬੈਠਾ ਤੂੰ ਕਿਉਂ ਪ੍ਰਭਾਵ ਕਰਦੇ, ਤੁਸੀਂ ਤਾਂ ਪਰਾਂ ਹੋ ਗਏ ਬਸ। ਚੱਲ ਤੂੰ ਰੁੱਖ, ਮੈਂ ਤੈਨੂੰ ਪੈਸੇ ਲਿਆ ਕੇ ਦਿੰਦੀ ਹਾਂ। ਤੂੰ ਨਾ ਖੁਸ਼ੀ ਖੁਸ਼ੀ ਜਾ, ਅਸੀਂ ਤੇਰੇ ਨਾਲ ਖੜੇ ਹਾਂ, ਤੇਰੀ ਭੈਣ ਤੇਰੇ ਨਾਲ ਖੜੀ ਹੈ, ਪਰਵਾਹ ਨਾ ਕਰ। ਜਿਹੜੀਆਂ ਗੱਲਾਂ ਆਪਾਂ ਕੋਠੀ 'ਚ ਕਰੀਆਂ ਸੀ ਨਾ ਉਹਦਾ ਧਿਆਨ ਰੱਖੀ ਮਾੜਾ ਜਿਹਾ, ਉਹਨੂੰ ਤੇਰੇ ਰਿਸ਼ਤੇਦਾਰ ਨੂੰ ਕਹਿ ਦੀ ਵੀ ਅੱਜ ਤਾਂ ਤੈਨੂੰ ਖੜਾ ਲੈਂਦੇ ਹਾਂ, ਉਹਦਾ ਇਲਾਜ ਕਰਾ ਦੀ ਮੈਂ ਤੈਨੂੰ ਆਹੀ ਗੱਲ ਕਹਿਣਾ। ਨਹੀਂ ਕੋਈ ਨਹੀਂ ਜੀ ਮਾਸੜ ਜੀ, ਧੰਨਵਾਦ ਤੁਹਾਡਾ, ਤੁਸੀਂ ਇੰਨਾ ਖੜ ਗਏ ਮੇਰੇ ਨਾਲ। ਤੇਰੀ ਮਾਸੀ ਨੂੰ ਕਿਹੜਾ ਕੋਈ ਬਿਮਾਰੀ ਹੈ ਵੀ ਇਹਦਾ ਇਲਾਜ ਕਰਾ ਲਿਆ, ਇਹ ਨਸ਼ਾ ਖਾਂਦੀ ਹੈ, ਇਹਦੀ ਤਾਂ ਆਦਤ ਬਣੀ ਹੋਈ ਹੈ ਸਾਡੇ ਨਾਲ ਲੜਨ ਦੀ।